ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ ਆਇਆਂ ਨੂੰ ਤੇ ਵੈਰੀ ਗੁੱਡ ਮਾਰਨਿੰਗ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਹੱਸਦੇ ਰਹੋ, ਵਸਦੇ ਰਹੋ, ਖਾਂਦੇ ਰਹੋ ਤੇ ਭਾਜੀ ਜਿਉਂਦੇ ਰਹੋ। ਗੁੱਡ ਮਾਰਨਿੰਗ, ਵੈਲਕਮ ਟੂ ਆਰ ਸ਼ੋ। ਮੈਂ ਹੂੰ ਆਪਕੀ ਹੋਸਟ ਸਾਹਿਬਾ। ਔਰ ਮੈਂ ਹਾਂ ਜੀ ਜਾਨ ਰੈਂਬੋ, ਆਪਣਾ ਕੇ ਰੰਗ ਰੈਂਬੋ ਸਾਹਿਬਾ ਕੇ ਸੰਗ ਤੰਗ ਟਣਾ ਟਣ ਰੰਗ ਜੀ। ਹਾਂ ਜੀ, ਕੈਟ ਵਾਕ ਯਹਾਂ ਸੇ ਲੇਕਰ ਯਹਾਂ ਤੱਕ ਡੇਲੀ ਕੀ ਤਰ੍ਹਾਂ ਜੀ, ਤਾਂ ਕਿ ਮੈਂ ਬਤਾ ਸਕੂੰ ਆਪਣੇ ਡਰੈਸ ਕੇ ਬਾਰੇ ਮੇਂ। ਇਹ ਜੋ ਵਾਰਡਰੋਬ ਆਪ ਦੇਖਤੇ ਹੈਂ ਹਮਾਰੀ ਰੋਜ਼ ਰੋਜ਼, ਯੇ ਹੈ ਲਾਜਵੰਤੀ ਕੀ ਜੀ। ਔਰ ਜਦੋਂ ਮੈਂ ਜਦੋਂ ਆਪਣੀ ਵਾਰਡਰੋਬ ਦੱਸਾਂਗਾ ਜੀ, ਇਹ ਜਿਹੜਾ ਮੈਂ ਆਪਣੇ ਵੱਲੋਂ ਜੋ ਮੁੰਡਾ ਜਿਹਾ ਬਣਿਆ ਨਾ, ਇਹ ਮੈਨੂੰ ਗ੍ਰੈਵਿਟੀ ਵਾਲੇ ਨੇ ਬਣਾ ਕੇ ਭੇਜਿਆ, ਜ਼ਰਾ ਮੁੰਡਾ ਬਣ ਗਿਆ ਜੀ। ਜੀ ਵੀਵਰਸ ਕੇ ਮੈਸੇਜਸ ਔਰ ਲੈਟਰਸ ਬਹੁਤ ਅੱਛੇ ਅੱਛੇ ਆ ਰਹੇ ਹੈਂ, ਔਰ ਗਿਲਾਨੀ ਸਾਹਿਬ ਦਾ ਵੀ ਬੜਾ ਜ਼ਿਕਰ ਹੋਤਾ ਹੈ। ਬੜਾ ਜ਼ਿਕਰ ਹੋ ਰਿਹਾ ਜੀ, ਗਿਲਾਨੀ ਸਾਹਿਬ ਵਾਸਤੇ ਖਤ ਬੜੇ ਇਕੱਠੇ ਹੋਏ ਨੇ। ਅੱਛਾ, ਅੱਜ ਫਿਰ ਪੀਰ ਦਾ ਦਿਨ ਹੈ ਜੀ। ਹਾਂ, ਤੇ ਅੱਜ ਮਤਲਬ ਦੋ ਛੁੱਟੀਆਂ ਗੁਜ਼ਾਰੀਆਂ ਨੇ, ਤੁਸੀਂ ਦੋ ਦਿਨ ਬਿਲਕੁਲ ਫਰੈਸ਼ ਹੋ ਗਏ ਹੋ, ਸਾਰੇ ਕੰਮਾਂ 'ਤੇ ਨਿਕਲੋ ਔਰ ਬਿਲਕੁਲ ਤਾਜ਼ਾ ਦਮ ਹੋ ਕੇ ਕੰਮ 'ਤੇ ਜਾਇਆ ਕਰੋ। ਮੇਰੀਆਂ ਭੈਣੋ, ਮੇਰੇ ਭਰਾਵਾਂ ਨੂੰ ਜ਼ਰਾ ਭੇਜਿਆ ਕਰੋ ਜਲਦੀ ਕੰਮ 'ਤੇ, ਲੇਟ ਨਾ ਹੋਇਆ ਕਰਨ, ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਹੈ ਨਾ ਜੀ। ਜੀ ਬਿਲਕੁਲ, ਕੰਮ ਦੇ ਟਾਈਮ 'ਤੇ ਜਾਣਾ ਚਾਹੀਦਾ ਜੀ, ਕੰਮ ਦੇ ਨਾਲ ਹੀ ਸਾਰਾ ਕੁਛ ਹੈ, ਕੰਮ ਹੈ ਤੇ ਸਭ ਕੁਛ ਹੈ। ਜੇ ਬੇਰੋਜ਼ਗਾਰੀ ਹੋਏ ਤੇ ਫਿਰ ਕੋਈ ਜ਼ਿੰਦਗੀ ਨਹੀਂ ਹੁੰਦੀ, ਤੇ ਜਿਹਨਾਂ ਕੋਲ ਕੰਮ ਹੈ ਉਹ ਦਿਲ ਲਾ ਕੇ ਕਰਨ ਔਰ ਪਾਕਿਸਤਾਨ ਦੀ ਤਰੱਕੀ 'ਚ ਹਿੱਸਾ ਲੈਣ। ਮਨ ਐਵੇਂ ਹੁਣ ਅਸੀਂ ਹੁਣ ਅੱਗੇ ਹੀ ਅੱਗੇ ਜਾਣਾ ਇਨਸ਼ਾਅੱਲਾ, ਹੁਣ ਅਸੀਂ ਪਿੱਛੇ ਨਹੀਂ ਦੇਖਣਾ। ਹਿੰਮਤ ਤੇ ਮਰਦਾਂ ਮਦਦ ਹੈ ਖੁਦਾ। ਬਿਲਕੁਲ, ਹੋਰ ਕੀ ਹਾਲ ਹੈ? ਬਿਲਕੁਲ ਠੀਕ ਹੂੰ। ਅੱਜ ਹਮਾਰੇ ਸਾਥ ਗੈਸਟ ਕੌਣ ਹੈ? ਕੌਣ ਨੇ ਅੱਜ? ਮੈਨੂੰ ਨਹੀਂ ਪਾਪੋ ਪਤਾ, ਜੇ ਮੈਨੂੰ ਕਸਮ ਚੁਕਵਾ ਲਓ, ਅੱਜ ਤੁਸੀਂ ਦੱਸਣਾ ਕੌਣ ਹੈ। ਅੱਛਾ, ਉਨਕਾ ਸਫ਼ਰ ਸ਼ੁਰੂ ਹੁਆ ਨਗੀਨਾ ਸੇ ਮਜਾਜਨ ਤੱਕ, ਯਾਨੀ ਕਾਮਯਾਬੀ ਸੇ ਕਾਮਯਾਬੀ ਤੱਕ। ਅੱਛਾ, ਔਰ ਅਗਰ ਮੈਂ ਉਨਕਾ ਨਾਮ ਲੈ ਦੂੰਗੀ ਨਾ, ਹਾਂਜੀ, ਤੋ ਆਪਕਾ ਮੈਂ ਰਿਐਕਸ਼ਨ ਦੇਖਣਾ ਚਾਹਤੀ ਹੂੰ। ਆਜ ਆ ਰਹੀ ਹੈ ਮਦੀਆ ਸ਼ਾਹ। ਨਹੀਂ, ਕਿਆ ਹੁਆ? ਰਾ 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 ਰਾ, ਗੜਮ, ਇਹ ਕੀ ਹੁਆ? ਇਤਨਾ ਬੜਾ ਰਿਐਕਸ਼ਨ, ਮੈਨੇ ਸੋਚਾ ਵੀ ਨਹੀਂ ਥਾ। ਮਦੀਆ, ਮਦੀਆ ਸ਼ਾਹ ਦਾ ਪਤਾ ਕੀ ਚੱਕਰ ਹੈ? ਮਦੀਆ ਸ਼ਾਹ ਜਿਹੜੀ ਹੈ ਨਾ, ਸਾਡੀ ਦੋਸਤ ਹੈ, ਬੜੀ ਅੱਛੀ, ਅਸੀਂ 8-10 ਸਾਲ ਤੋਂ 12 ਸਾਲ ਤੋਂ ਇਕੱਠੇ ਕੰਮ ਕਰ ਰਹੇ ਹਾਂ। ਉਹ ਮੂੰਹ ਫੱਟ ਜੀ, ਉਹ ਪਤਾ ਨਹੀਂ ਆ ਕੇ ਕੀ ਗੱਲਾਂ, ਮੈਂ ਤੁਹਾਡੇ ਬਗੈਰ ਵੀ ਉਹਦੇ ਨਾਲ 2-3 ਫਿਲਮਾਂ ਕੀਤੀਆਂ ਨੇ। ਨਹੀਂ, 2-3 ਨਹੀਂ, ਆਪਨੇ ਉਸਕੇ ਸਾਥ ਬਹੁਤ ਫਿਲਮੇ ਕੀ ਹੈ, ਬੜਾ ਹਿੱਟ ਪੇਅਰ ਰਹਾ ਹੈ ਯਾਰ। ਮੈਨੂੰ ਤੁਸੀਂ ਦੱਸਿਆ ਕਿ ਬਾਰਿਸ਼ ਕੇ ਗਾਣੇ ਵੀ ਹੋਏ ਨੇ? ਮੈਨੂੰ ਦੱਸਿਆ ਕਿ ਨਹੀਂ ਕਿ ਤੁਸੀਂ ਮਦੀਆ ਸ਼ਾਹ ਆਈਏ? ਅੱਜ ਮੈਂ ਗਾਇਬ ਹੋ ਜਾਂਦਾ ਕਿਧਰੇ, ਮੈਂ ਬਾਹਰ ਕਰ ਦਿੰਦਾ। ਕਿਆ ਕਿਆ ਹੁਆ ਹੈ ਆਊਟਡੋਰਸ ਮੇਂ ਔਰ ਸਾਰੀ ਰਿਪੋਰਟ ਦੇ? ਨਹੀਂ ਨਹੀਂ, ਐਸੀ ਗੱਲ ਕੋਈ ਨਹੀਂ ਜੀ। ਉਹ ਪਤਾ ਕਿ ਮੈਂ ਰਿਐਕਸ਼ਨ ਕਿਉਂ ਲਿਆ, ਫਿਲਮੀ ਰਿਐਕਸ਼ਨ, ਉਹ ਫਿਰ ਕੈਮਰਾ ਘੁੰਮਦਾ, ਫਿਰ ਬੰਦਾ ਬੇਹੋਸ਼ ਹੁੰਦਾ, ਵੇ ਬਸ਼ੀਰਿਆ ਦਗੜ 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 ਦਗੜ। ਉਹ ਸੱਚੀਆਂ ਔਰ ਖਰੀਆਂ ਗੱਲਾਂ ਬੜੀਆਂ ਕਰਦੀ ਹੈ, ਵਾਕਈ ਸਹੇਲੀ ਹੈ ਸਾਡੀ, ਅਜੇ ਆਏ ਨਹੀਂ, ਮੇਰਾ ਧਿਆਨ ਖਿਆਲ ਕਰਨਾ ਸਾਡਾ ਜ਼ਰਾ ਜੀ। ਮੇਰੇ ਹਲੇ ਬੁਲਾ ਲਓ, ਆ ਗਏ ਨੇ ਜੀ। ਗੋਰਜੀਅਸ ਬਿਊਟੀਫੁਲ ਮਦੀਆ ਸ਼ਾਹ, ਮਦੀਆ ਸ਼ਾਹ
एंट्री आज तक किसी की नहीं हुई। अच्छा कोई दिल ट्राई नहीं होगा जितने पता है जितने जिन्ने बड़े दिल में आई है शायद इतने बड़े दिल कोई आंदा भी नहीं। थैंक यू वेरी मच। पता चला है कि मदिया शाह आई है। बड़ी मेहरबानी जनाब तुहाडी। जी आया नु मदिया शाह जी। जी मैं तानू जी आया नु कहवा या तुसी मेनू कह रहे हो? असि तानू कह रहे जी मैं तानू कह रही हूं तुसी मेरी फैमिली हो इस्लामाबाद एक हवेली है आपने मदिया शाह को छेड़ के अच्छा नहीं अच्छा मैं सुन रही सब बाहर कहना पे इतना उची बोल दी है ना 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 बेटा इतना तेरा बड़े प्यारे कुलीग काम किया जो इंडस्ट्री काम होता आपस दोस्ती है सब कुछ किया एक दोस्ती भी नाते किया है और जाहिर है मैं 10 दफा कह के नहीं जरा पहुंच सकी और लेट हो जाता ऑफ कोर्स तो मगर मैं आज ज्यादा अजाला पूरा कर देता है। तो लोग तो माशाल्लाह खुद एक सेलिब्रिटी हुआ नहीं है वड्डियां और माशाल्लाह इतना काम किया तुम दोवे ने भी अच्छा तेरी एक लाडली पहन जड़ी मेरे तो भी बात दे अच्छा मजबूत भी बात दे जवेरिया तो भी बात दे सब तू बात तेनू होई कौन है कौन नरगिस 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 ते अपनी जाने ते आई होई अज वो भी नहीं आई नहीं वो भी नहीं आई नहीं आई ओनु बच्चों तो फुर्सत नहीं उस तो बाद होर कौन है रीमा नरगिस रीमा और नरगिस क्योंकि मुल्क च नहीं गई सी हां रीमा और नरगिस रीमा तेरी सकी पाई नहीं आई ये इतना चबा चबा के किथे असल च इसलिए कि इने जिंदगी च बड़ा किया ना मेरी बहन ओना दी प्रॉब्लम है ओ फिल्म दी एडिटिंग वास्ते और मिक्सिंग वास्ते बेटा केड़ी फिल्म दी 10 साल चली एडिटिंग ही नहीं हो रही बस कर दे चलो मैं आगे मैं मुंह फटा ना तू बकौल कहता है पहले मेरी ऑडियंस सारी नु कहता है मैं बड़ी मुंह फटा मदिया इतनी खरी खरी बातें हमें एकदम ही सुना दी अच्छा मेरी गल सुनो तो तू पंजाबी क्यों नहीं बोलती जिन्होंने इतनी सोनी पंजाबी आंदी है मेरी पंजाबी तुमने कब सुनी है मैंने फिल्मों में नहीं सुनी फिल्मों में तो याद करके ना वो तो मैं भी आम लाइफ में बड़ी उर्दू ही बोलती हूं मुझे पता है लोग लाइक करते हैं क्योंकि हमारे कुछ गेस्ट कराची से लाइक करते हैं नो प्रॉब्लम टोल काफी लोग कहते हैं कि नहीं साहिबों जरा पंजाबी भी बोलनी चाहिए मैं कहती हूं नो प्रॉब्लम जो कर रही सोना कर रही कभी कभी बड़ी बड़ी जुमला फेंक देती हूं पंजाबी का हां अच्छा करती हूं तुसी बहुत सोने लग रहे हो आहो तुसी काटो चंदा टोटा ए तो सानू पता है ना श्रीलंका जेड़ा सी रोए मतलब मैं श्रीलंका में क्या हुआ था हम में एक कच्चे चने मीना गड्ढे हैं और यार अच्छा तुसी प्रोग्राम पर फाइन मैं चले ये तो आज बहुत बुरी बातें होंगी मदिया से आई हुई है इसका इतना बरमूदा ही होता था हम 3 महीने रुक गए मुसीबत के मारे हुए अच्छा। फिल्म थी इंटरनेशनल लुटेरे इकबाल कश्मीरी साहब डायरेक्टर सन ओ पिता कटवा के नवा नवा गए सन गुस्सा उन्होंने फिर नहीं सी जाना ओए रे बदरा मैं कहता सी पिता कटवाया कहंदे ने जी मैं कह पिता निकले तड़ा कुछ और निकल के पता करो अस्पताल जाए जिनके सबसे ज्यादा टाइटल किए और हिट हुए टाइटल हिट हुए सब तो ज्यादा सारा पता ही है अज असी होर बड़िया गल्लां करांगे असी अपने किस्से तुहानूं सुणावांगे शूटिंगां दे विच जिहड़े साडे नाल ड्रामे हुंदे रहे ने जो जो साडे नाल हरकतां हुंदियां जो असी एक दूसरे नाल शरारतां करदे रहे हां
ਅੱਜ ਅਸੀਂ ਤੁਹਾਨੂੰ ਦੱਸਾਂਗੇ ਤੋਬਾ ਤੋਬਾ ਮਦੀਆ ਸ਼ਾ ਬਤਾਏਗੀ ਇਸ ਕਿਸ ਕਿਸਮ ਕੇ ਵਾਕਿਆ ਤੂੰ ਅੱਜ ਸਾਬਾ ਖੁੱਲ ਕੇ ਅੱਛਾ ਹਮ ਦੇ ਸਾਹਮਣੇ ਪੁੱਛ ਦੀ ਕਿ ਚਲੋ ਠੀਕ ਅੱਛਾ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਜਿਹੜਾ ਮੈਨੂੰ ਪਤਾ ਅੱਛਾ ਠੀਕ ਇੱਕ ਮਿੰਟ ਠਹਿਰ ਜਾਓ ਉਹ ਵੀ ਦੱਸਾਂਗੀ ਬ੍ਰੇਕ ਦਾ ਉਹ ਵੀ ਨਾ ਦੱਸ ਦੇਣਾ ਉਹ ਐਸੇ ਕਰੋ ਉਹ ਲਾਈਵ ਨਾ ਬਤਾਓ ਉਹ ਬ੍ਰੇਕ ਮੇ ਬਤਾ ਦੇਣਾ ਨਹੀਂ ਨਹੀਂ ਦੱਸਣ ਨਾਲ ਸ਼ੇਅਰ ਕਰਨ ਵਾਲੀ ਗੱਲਾਂ ਨਹੀਂ ਅਭੀ ਤਾਂ ਹਮੇ ਬ੍ਰੇਕ ਪੇ ਜਾਣੇ ਦੋ ਅੱਛਾ ਜਾਓ ਜਾਓ ਮੇਰਾ ਦਿਲ ਹੀ ਕਰਿਆ ਬ੍ਰੇਕ ਤੇ ਜਾਈਏ ਚਲੋ ਯਾਰ ਬ੍ਰੇਕ ਨਾ ਹੋਈ ਤੇ ਫਿਰ ਕਮਰਸ਼ੀਅਲ ਨਹੀਂ ਮਿਲਣਗੇ ਕਮਰਸ਼ੀਅਲ ਨਹੀਂ ਮਿਲਣਗੇ ਸ਼ੋਅ ਨਹੀਂ ਹੋਏਗਾ ਸ਼ੋਅ ਨਹੀਂ ਹੋਏਗਾ ਪਲੀਜ਼ ਫਿਰ ਮਿਲਤੇ ਹੈ ਬ੍ਰੇਕ ਕੇ ਬਾਅਦ ਸਟੇ ਵਿਦ ਅਸ ਭਾਜੀ ਹੱਸਦੇ ਬਸਦੇ ਰਹੋ ਤੇ ਵੇਖਦੇ ਰਹੋ ਅੱਜ ਮੇਰਾ ਕੀ ਹਾਲ ਹੁੰਦਾ ਹੈ ਪਤਾ ਨਹੀਂ ਕੀ ਹੋਇਆ ਸੱਚ ਦੌਰ ਤੇ ਜੀ ਬੇਟਾ ਤੂੰ ਫਸ ਗਿਆ ਅੱਜ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਖਾਂਦੇ ਰਹੋ ਜਿਉਂਦੇ ਰਹੋ ਤੇ ਅਸੀਂ ਹੱਸ ਰਹੇ ਹਾਂ ਔਰ ਮਦੀਆ ਸ਼ਾਹ ਸਾਡੇ ਨਾਲ ਹੈ ਔਰ ਹਸਾਈ ਜਾ ਰਹੀ ਹੈ ਔਰ ਭਾਅ ਜੀ ਮੈਂ ਬੜੀਆਂ ਦੀਆਂ ਮਿੰਨਤਾਂ ਕੀਤੀਆਂ ਨੇ ਕਿ ਖੁਦਾ ਦਾ ਨਾ ਹੀ ਕੋਈ ਐਸੀ ਗੱਲ ਨਾ ਕਰਦੇ ਅਸੀਂ ਔਨ ਏਅਰ ਜਾ ਰਹੇ ਹਾਂ ਸਾਡੇ ਭੈਣ ਭਰਾ ਸੁਣ ਰਹੇ ਨੇ ਸੋਚ ਸਮਝ ਕੇ ਕੋਈ ਗੱਲ ਕਰਨੀ ਹੈ ਮੇਰੇ ਬਾਰੇ ਨਹੀਂ ਤੇ ਬਾਕੀ ਜਿਹੜੇ ਮੈਂ ਜਾਣੀ ਹੈ ਮੋਰਨਿੰਗ ਪ੍ਰੋਗਰਾਮਸ ਚ ਮੇਰਾ ਮਤਲਬ ਹੈ ਇੰਨਾ ਕੁਝ ਪਤਾ ਹੁੰਦਾ ਹੈ ਔਰ ਤੂੰ ਤੇ ਮੈਂ ਤੇ ਬਹੁਤ ਕੀਤਾ ਗ੍ਰੈਂਡ ਵੀਕ ਵੀ ਕੀਤਾ ਪੀਟੀਵੀ ਤੇ ਕਿਉਂਕਿ ਸਾਡਾ ਤੇ ਹੋਮ ਇੰਸਟੀਚਿਊਟ ਹੈ ਜ਼ਾਇਰ ਹੈ ਮਦਰ ਇੰਸਟੀਚਿਊਟ ਵੀ ਹੈ ਸਾਡਾ ਦੂਸਰੀ ਗੱਲ ਹੈ ਉਹਦਾ ਜ਼ਿਕਰ ਕਰਾਂਗੇ ਫਿਰ ਅਸੀਂ ਆਪਣਾ ਆਇਸ਼ਾ ਸਨਾ ਦਾ ਨਹੀਂ ਕਰਾਂਗੇ ਜ਼ਿਆਦਤੀ ਕਰਾਂਗੇ ਆਇਸ਼ਾ ਸਨਾ ਲਵ ਯੂ ਬਹੁਤ ਪਿਆਰੀ ਬਹੁਤ ਪਿਆਰੀ ਹਮਾਰੀ ਜੁਆਇੰਟ ਫ੍ਰੈਂਡ ਹੈ ਔਰ ਤਿੰਨਾਂ ਦੀ ਦੋਸਤ ਬੜੀ ਅੱਛੀ ਔਰ ਅੱਲਾ ਮੈਂ ਉਹਨੂੰ ਜ਼ਿੰਦਗੀ ਦੇਵੇ ਬਹੁਤ ਅੱਛੀ ਇਨਸਾਨ ਬਹੁਤ ਅੱਛੀ ਅੱਜ ਤੱਕ ਉਹਨਾਂ ਦੇ ਮੂੰਹ ਤੋਂ ਕਦੀ ਕਿਸੇ ਦੀ ਮਹਿਮਾਨ ਦੀ ਨਾ ਬਦਤਮੀਜ਼ੀ ਸੀ ਨਹੀਂ ਸੁਣੀ ਔਰ ਬਹੁਤ ਸਾਰੇ ਸਾਡੇ ਜਿਹੜੇ ਕੁਲੀਗ ਨੇ ਸਾਡੇ ਜਿਹੜੇ ਭੈਣ ਭਰਾ ਕੰਮ ਕਰਦੇ ਨੇ ਦੋਸਤ ਯਾਰ ਸਾਡੇ ਫੀਮੇਲ ਵੀ ਜ਼ਿਆਦਾ ਮੇਲ ਵੀ ਮੇਲ ਫੀਮੇਲ ਜ਼ਿਆਦਾ ਐਵੇਂ ਅਗਲੇ ਦੇ ਨਾ ਕੋਈ ਕੋਸ਼ਿਸ਼ ਕਰਦੀ ਹਨ ਕਿਚੜ ਉਛਾੜਨ ਦੀ ਤੁਸੀਂ ਦੇਖੋ ਨਾ ਉਹਨਾਂ ਦਾ ਹਾਲ ਤੇ ਵੇਖੋ ਚੈਨਲ ਤੋਂ ਫਾਰਗ ਨੇ ਉਹ ਚੈਨਲ 'ਚ ਫਾਰਗ ਨੇ ਚੁੱਕ ਕੇ ਬਾਹਰ ਮਾਰਦੇ ਨੇ ਅਗਲੇ ਜਾਓ ਕਿਉਂਕਿ ਇੰਨਾ ਕੰਪੀਟੀਸ਼ਨ ਇਹ ਹੈ ਵੀ ਤੁਸੀਂ ਦੇਖੋ ਖੁਦ ਸ਼ੋਬਿਸ ਕੀਤਾ ਹੋਇਆ ਤੁਹਾਨੂੰ ਖੁਦ ਪਤਾ ਇਸ ਚੀਜ਼ ਦਾ ਕਿ ਤੁਹਾਡਾ ਗੈਸ ਤੁਹਾਡੇ ਰਹਿਮਤ ਹੈ ਰਿਸ਼ਤੇ ਤੁਹਾਡੇ ਲਈ ਉਹਦੀ ਤੁਸੀਂ ਇੱਜ਼ਤ ਨਹੀਂ ਕਰ ਦੇ ਸਕਦੇ ਤਾਂ ਤੁਸੀਂ ਕੌਣ ਹੋ ਬਸ ਚੈਨਲ ਵਾਲੇ ਇੱਜ਼ਤ ਦੇ ਰਹੇ ਨੇ ਬਾਕੀ ਸਾਰਾ ਕਰੂ ਇੱਜ਼ਤ ਦੇ ਰਿਹਾ ਇੱਕ ਇੱਕ ਔਰਤ ਨੂੰ ਪ੍ਰੋਬਲਮ ਹੈ ਉਹ ਨਹੀਂ ਦੇ ਰਹੀ ਆਸ਼ਾ ਨੂੰ ਵੀ ਆਫਰ ਹੋਇਆ ਪ੍ਰੋਗਰਾਮ ਉਹਨੇ ਨਹੀਂ ਕੀਤਾ ਅੱਛਾ ਪੀਟੀ ਦੀ ਦੇ ਵਾਸਤੇ ਉਹਨੇ ਕੀਤਾ ਆਸ਼ਾ ਆਣਗੇ ਸਾਡੇ ਸ਼ੋਅ 'ਚ ਅਸੀਂ ਉਹਨਾਂ ਨਾਲ ਜ਼ਰੂਰ ਡਿਸਕਸ ਕਰਨਾ ਹੈ ਉਹ ਤਾਂ ਬੜਾ ਵੱਡਾ ਕੈਲੇਬਰ ਹੈ ਸਾਡੀ ਲੋਕਾਂ ਨੂੰ ਸਾਡੇ ਜੇ ਦੇਖਣ ਵਾਲਿਆਂ ਨੂੰ ਮੇਰੇ ਜਿਹੜੇ ਬਸ਼ੀਰ ਸਾਹਿਬ ਔਰ ਮੇਰੀਆਂ ਜਿਹੜੀਆਂ ਭੈਣਾਂ ਨੇ ਸਾਰੀਆਂ ਨਸਰੀਨ ਬਸ਼ੀਰ ਸਾਹਿਬ ਨਸਰੀਨ ਪਰਵੀਨ ਬਸ਼ੀਰ ਸਾਰੇ ਜਿੰਨੇ ਮੇਲ ਨੇ ਵੀਵਰਸ ਤੂੰ ਅੱਛਾ ਇੱਥੇ ਵੀ ਬਸ਼ੀਰ ਪਾਏ ਔਰ ਜਿੰਨੇ ਪਾ ਬਸ਼ੀਰ ਦਾ ਸ਼ੁਰੂ ਤੋਂ ਚੱਲਦਾ ਹੈ ਜਿੰਨੀਆਂ ਨਸਰੀਨ ਔਰ ਪਰਵੀਨ ਅੱਛਾ ਕਿਸੇ ਦਾ ਨਾਂ ਨਹੀਂ ਸਭ ਪਤਾ ਹੁੰਦਾ ਸੈਟ ਤੇ ਯਾਨੀ ਕਿ ਮੈਨੂੰ ਵੀ ਨਹੀਂ ਪਤਾ ਜਵੇਦ ਇਧਰ ਆਓ ਅਰਸ਼ਦ ਇਧਰ ਆਓ ਫਲਾਣੇ ਇਧਰ ਆਓ ਉਹ ਕਹਿੰਦੇ ਮੇਰਾ ਨਾਂ ਹੈ ਹੀ ਨਹੀਂ ਅੱਛਾ ਕਦੇ ਕਿਸੇ ਵੇਟਰ ਦਾ ਨਾਮ ਐਸੇ ਲੈਣਾ ਨਾ ਤਾਂ ਉਹ ਸੱਚਮੁੱਚ ਉਸ ਦਾ ਨਾਮ ਹੋਣਾ ਅੱਛਾ ਬਸ ਕਦੇ ਇਹ ਕੌਣ ਸੀ ਹੁੰਦਾ ਹੋਇਆ ਸਾਡਾ ਕਿੰਨੀ ਵਾਰੀ ਹੋਇਆ ਸ਼ੂਟਿੰਗਾਂ ਦੇ ਡਿਊਰਿੰਗ ਕਿ ਕਿਸ ਨੂੰ ਬੁਲਾਇਆ ਤਾਂ ਉਹਦਾ ਨਾਮ ਸੱਚਮੁੱਚ ਹੀ ਨਿਕਲਿਆ ਇਹਨੇ ਤਾਰਿਕ ਕਿਹਾ ਇੱਕ ਕਬਾਬਾਂ ਵਾਲਾ ਸੀ ਉਹ ਕਬਾਬਾਂ ਵਾਲਾ ਹੀ ਨਿਕਲਿਆ ਉਹ ਕਬਾਬਾਂ ਵਾਲਾ ਨਿਕਲਿਆ ਸਾਡੀ ਪਹਿਲੀ ਮੁਲਾਕਾਤ ਹੋਈ ਵੀ ਇਸਲਾਮਾਬਾਦ ਸੀ ਇਹਦੀ ਰਿਕਾਰਡਿੰਗ ਸੀ ਹਾਂਜੀ ਪਹਿਲੀ ਮੁਲਾਕਾਤ ਜੀ ਮੇਰੀ ਔਰ ਮਦੀਆ ਸ਼ਾਹ ਦੀ ਪਹਿਲੀ ਮੁਲਾਕਾਤ ਆਸ਼ਕੀ ਦੀ ਸ਼ੂਟਿੰਗ ਸੀ ਹਸਨੈਨ ਸਾਹਿਬ ਦੀ ਕੈਸੀ ਸੀ ਉਹ ਪਹਿਲੀ ਮੁਲਾਕਾਤ ਬੜੀ ਅੱਛੀ ਅਸੀਂ ਸ਼ੂਟਿੰਗ ਕਰ ਰਹੇ ਸਾਂ ਅੱਛਾ ਸ਼ਾਨ ਦੇ ਨਾਲ ਮੈਂ ਲਿਪਟ ਲਿਪਟ ਕੇ ਸ਼ਾਨ ਮੇਰੇ ਨਾਲ ਲਿਪਟ ਲਿਪਟ ਕੇ ਗਾਣੇ ਕਰ ਆਸ਼ਕੀ ਦੀ ਸ਼ੂਟਿੰਗ ਹੋ ਰਹੀ ਸੀ ਤੇ ਇਹ ਨੌਜਵਾਨ ਉੱਥੋਂ ਗੁਜ਼ਰਿਆ ਸ਼ੂਟਿੰਗ ਇਹਦੀ ਵੀ ਸ਼ੂਟਿੰਗ ਸੀ ਔਰ ਇਹ ਬੜਾ ਹਿੱਟ ਹੋਇਆ ਸੀ ਮਾਸ਼ਾਅੱਲਾ ਰੈਂਬੋ ਰੈਂਬੋ ਮਾਈ ਨੇਮ ਇਜ਼ ਰੈਂਬੋ ਅੱਜ ਤੇ ਹੋਏਗਾ ਹੀ ਨਹੀਂ ਮੇਰੇ ਖਿਆਲ ਨਾਲ ਕਿਉਂ ਨਹੀਂ ਹੋਏਗਾ ਕਰਕੇ ਦਾ ਹਾਫਿਜ਼ ਮਾਈ ਨੇਮ ਇਜ਼ ਰੈਂਬੋ ਰੈਂਬੋ ਜਾਨ ਰੈਂਬੋ ਸਿਲਵਰ ਸਟੈਲੀਅਨ ਕਾਕਰੋਚ ਕਿਲਰ ਸ਼ਹਿਜ਼ਾਦਾ ਇਤਨਾ ਲੋਕੀ ਨੂੰ ਲਾਈਕ ਕਰਦੇ ਨੇ ਮੈਂ ਸਟੈਂਡ ਸਾਹਿਬ ਨੂੰ ਕਿਹਾ ਮੈਂ ਕਿਹਾ ਸਟੈਂਡ ਸਾਹਿਬ ਇਹਨੂੰ ਤੁਸੀਂ ਟਰਾਈ ਕਰੋ ਫਿਲਮ ਵਾਸਤੇ ਕਹਿੰਦੇ ਨੇ ਟੀਵੀ ਦੇ ਲੋਕ ਨੇ ਟੀਵੀ ਦੇ ਆਖੀ ਕੀ ਫਿਲਮ ਵਿੱਚ ਕਰਨਗੇ ਮੈਂ ਕਿਹਾ ਇੱਕ ਵਕਤ ਹੈਗਾ ਅਸੀਂ 2 ਲੱਖ ਰੁਪਇਆ ਰਹੇਗਾ ਤੁਹਾਡੇ ਕੋਲੋਂ ਔਰ ਉਸ ਵਕਤ ਦਾ 2 ਲੱਖ ਸੋਚ ਉਸ ਵਕਤ ਦਾ 2 ਲੱਖ ਹੋਣ ਤੇ 10 ਲੱਖ ਹੈ ਮੈਂ ਉਸ ਵਕਤ ਦੀ ਗੱਲ ਕਰ ਰਹੀ ਹਾਂ ਜਦੋਂ 2 ਲੱਖ ਦੀ ਕੋਈ ਵੈਲਿਊ ਹੁੰਦੀ ਸੀ ਇਹ 96 ਦੀ ਗੱਲ ਹੈ ਸ਼ਾਇਦ 93-94 ਦੀ ਗੱਲ ਸੀ ਜਦੋਂ ਦੀ ਮੈਂ ਗੱਲ ਕਰ ਰਹੀ ਹਾਂ ਉਦੋਂ ਕਹਿ ਮੈਂ ਕਿਹਾ ਓਏ ਉਹ ਤੁਹਾਡੇ ਕੋਲ ਉਦੋਂ ਕਿਉਂਕਿ ਉਦੋਂ ਹਾਈਲਾਈਟ ਜਿਹੜਾ ਆਰਟਿਸਟ ਸੀ ਮੇਰੇ ਵਰਗਾ ਸ਼ਾਨ ਵਰਗਾ ਸੀ 2-3 ਦਿਨ ਲੱਗ ਰਹਿੰਦੇ ਸਾਂ ਆਫ ਕੋਰਸ ਤੇ ਮੈਂ ਕਿਹਾ ਸਾ ਤੁਹਾਡੇ ਕੋਲ ਲੇਗਾ ਆਂਦੇ ਸਾਰ ਲੇਗਾ ਪਹਿਲੀ ਫਿਰ ਤੋਂ ਬਾਅਦ ਔਰ ਉਹੀ ਹੋਇਆ ਅੱਛਾ ਅਲਹਮਦੁਲਿਲਾ ਟੀਵੀ ਸੇ ਸਟਾਰਟ ਕੀਆ ਕੈਸਾ ਐਕਸਪੀਰੀਅੰਸ ਰਹਾ ਟੀਵੀ ਕਾ ਸਾਹਿਬ ਜਦੋਂ ਮੈਂ ਫਿਲ ਟੀਵੀ ਕੀਤਾ ਹੈ ਉਦੋਂ ਮੈਂ 8th ਕਲਾਸ ਵਿੱਚ ਪੜ੍ਹਨੀ ਸੀ ਔਰ ਜ਼ਾਹਿਰ ਇੱਕ ਬੱਚੀ ਦਾ ਰੋਲ ਸੀ ਔਰ ਲੰਗੜੀ ਲੜਕੀ ਹੈ ਲੰਗੜੀ ਲੜਕੀ ਬਿਲਕੁਲ ਵਿਚਾਰੀ ਉਹ ਛਿੱਕੂ ਸੁੱਟ ਕੇ ਆਲੂ ਪਿੱਠੀਆਂ ਵਾਲੇ ਮੰਗਾ ਰਹੀ ਹੈ ਕਦੀ ਕੁਛ ਕਰ ਰਹੀ ਉਹਦੇ 4 ਭਰਾ ਨੇ ਔਰ ਉਹ ਇਕੱਲੀ ਬੱਚੀ ਨੂੰ ਪਾਲ ਰਹੇ ਨੇ ਐਸਾ ਇਹੋ ਜਿਹਾ ਪਲੇ ਸੀ ਜਿਹਨੇ ਘਰ ਘਰ 'ਚ ਜਗ੍ਹਾ ਬਣਾ ਲਈ ਉਦੋਂ ਸਿਰਫ ਪੀਟੀ ਵੀ ਹੁੰਦਾ ਸੀ ਤਾਂ ਪਲੇ ਦੇਖਣੇ ਕੇ ਬਾਅਦ ਹੀ ਨਗੀਨਾ ਕੀ ਆਫਰ ਹੋਈ ਆ ਪਲੇ ਕੀ ਹਾਂਜੀ ਮੈਂ ਕੋਈ 5-7 ਉਦੋਂ ਸੀਰੀਅਲਸ ਕਰ ਚੁੱਕੀ ਸਾਂ ਜਦੋਂ ਮੈਨੂੰ ਆਫਰ ਹੋਈ 1 ਸਾਲ ਦੇ ਵਿੱਚ ਵਿੱਚ
ਅਯੂਬ ਖਾਵਰ ਸਾਹਿਬ ਨਾਲ ਵੀ ਕੰਮ ਕਰ ਲਿੱਤਾ, ਰਾਸ਼ਿਦ ਡਾਰ ਸਾਹਿਬ ਨਾਲ ਵੀ ਕਰ ਲਿੱਤਾ, ਨੁਸਰਤ ਠਾਕੁਰ ਸਾਹਿਬ ਬਹੁਤ ਵੱਡੇ ਡਾਇਰੈਕਟਰ ਹੁੰਦੇ ਸਨ ਸਾਡੇ ਇੰਸਟੀਚਿਊਟ ਜੀ ਸਾਡੇ, ਜਵਾਹਰ ਹਯਾਤ ਸਾਹਿਬ, ਮੈਂ ਸਭ ਨਾਲ ਕਰ ਲਿਆ ਕੰਮ। ਅੱਲਾਹ, ਉਦੋਂ ਮੈਨੂੰ ਆਫਰ ਹੋਈ ਔਰ ਮੈਂ ਉਦੋਂ ਮੈਟ੍ਰਿਕ ਕਰ ਰਹੀ ਸੀ ਜਦੋਂ ਫਿਲਮ ਦੀ ਆਫਰ ਹੋਈ। ਅੱਛਾ, ਤੇ ਸ਼ਾਨ ਦੇ ਨਾਲ ਪਹਿਲੀ ਫਿਲਮ ਸੀ ਨਗੀਨਾ ਔਰ ਅਲਤਾਫ ਹੁਸੈਨ ਸਾਹਿਬ ਨੇ ਆਫਰ ਕੀਤੀ ਔਰ ਇੰਨਾ ਅੱਛਾ ਰੋਲ ਸੀ ਟਾਈਟਲ, ਸੁਪਰ ਡੁਪਰ ਹਿੱਟ, ਸੁਪਰ ਡੁਪਰ ਹਿੱਟ ਜੀ, ਅਲਹਮਦੁਲਿਲਾ ਸ਼ੁਕਰ ਅੱਲਾਹ ਦਾ। ਔਰ ਫਿਰ ਇੱਕ ਸਿਲਸਿਲਾ ਚੱਲਦਾ ਗਿਆ। ਵਧੀਆ, ਇੱਕ ਰਾਜ ਦੀ ਗੱਲ ਸਹੀ ਦੱਸਣਾ, ਇਹ ਜਿਹੜਾ ਫੇਸ ਮੈਂ 1992-93 'ਚ ਪਹਿਲੀ ਵਾਰੀ ਸਾਹਮਣੇ ਦੇਖਿਆ ਸੀ, ਫਿਰ ਫਿਲਮਾਂ 'ਚ ਵੀ ਮੈਂ ਕੰਮ ਕੀਤਾ। ਬਿਲਕੁਲ, ਆਫ ਕੋਰਸ, ਅਸੀਂ ਤੇ ਮੇਰੇ ਨਾਲ ਰੈਂਬੋ ਦੀ ਮੇਰੀਆਂ ਕਮ ਅਜ਼ ਕਮ 50 ਤੂੰ ਫਿਲਮਾਂ ਤੇ ਹੋਣੀ ਆ, ਐਨੀ ਹੋਣੀ ਆ, 40-50 ਫਿਲਮਾਂ ਤੇ ਹੈ ਨੇ। ਗਾਣੇ ਕਿੰਨੇ? ਗਾਣੇ ਵੀ ਬਹੁਤ ਜ਼ਿਆਦਾ, ਗਾਣੇ ਵੀ 50 ਫਿਲਮਾਂ 'ਚ। ਔਰ ਉਸਨੇ ਬਾਰਿਸ਼ ਕੇ ਗਾਣੇ ਕਿੰਨੇ ਥੇ? ਤੂੰ ਮੇਰੀ ਭੈਣ ਟੈਨਸ਼ਨ ਨਾ ਲੈ, ਤੂੰ ਬਿਲਕੁਲ ਮੇਰੇ ਵੱਲੋਂ ਟੈਨਸ਼ਨ ਨਹੀਂ ਲੈਣੀ, ਬਾਕੀ ਇੱਥੇ ਪਤਾ ਨਹੀਂ ਕਿਹੜਾ ਬਹਿ ਕੇ ਗਿਆ। ਅੱਛਾ, ਤੇ ਕਹਿ ਕੇ ਗਿਆ, ਇਹ ਮੇਰੀ ਨਿਗਰਾਨੀ 'ਚ ਹੁੰਦਾ ਸੀ। ਅੱਛਾ, ਮੈਂ ਨਹੀਂ, ਮੈਂ ਜਿਹੜਾ ਇਹਨੂੰ ਆਉਂਦੇ ਸਰ ਇਸ਼ਕ ਹੋ ਗਿਆ ਸੀ ਨਾ ਮੁਹਤਰਮਾ ਨਾਲ, ਉਹ ਵੀ ਗੱਲ ਕਰਾਂਗੇ। ਇਹਨੂੰ ਤੇ ਆਉਂਦੇ ਸਰ ਇੱਕ ਪਰੀ, ਜੇ ਪਰੀ ਸੂਰਤ ਚਿਹਰਾ ਸੀ, ਉਹਨੂੰ ਪਸੰਦ ਆ ਗਿਆ ਸੀ, ਬਸ ਉਹ ਤੇ ਉੱਥੇ ਰਹਿ ਗਿਆ, ਡੁੱਲ ਪਿਆ। ਸ਼ਹਿਜ਼ਾਦੀ ਸਾਡੀ ਇੰਨੀ ਪਿਆਰੀ ਨਿਕਲੀ, ਅਲਹਮਦੁਲਿਲਾ ਹੈ ਹੀ ਪਿਆਰੀ ਸੀ। ਪਰੀ ਚਿਹਰਾ ਤੇ ਹੈ, ਮੈਂ ਵੀ ਇਹ ਸਲਾਮਤ ਰਹੋ ਦੋ ਸੰਗ, ਜਿਹੜਾ ਤੁਹਾਡਾ ਚਿਹਰਾ ਹੈ ਜਿਹੜਾ ਮੈਂ 1993-94 ਦੇਖਿਆ ਸੀ, ਅੱਜ ਵੀ ਵੈਸਾ ਹੀ ਵੈਸਾ ਹੈ, ਇਹ ਕੀ ਚੱਕਰ ਹੈ? ਇਹ ਚਿਹਰਾ ਨਾ ਮੋਟਾ ਹੋਇਆ, ਨਾ ਲੰਬਾ ਹੋਇਆ, ਨਾ ਪਤਲਾ ਹੋਇਆ, ਨਾ ਇਹਦੇ 'ਚ ਨਾ ਕੋਸ਼ਿਸ਼ ਕੀਤੀ ਡਾਇਟਿੰਗ ਕਰਕੇ, ਤੇ ਨਾ ਆਇਆ ਹੇਟ, ਨਾ ਜ਼ਿਆਦਾ ਖਾ ਕੇ, ਕੀ ਬਹੁਤ ਕੱਸਿਆ ਹੋਇਆ ਮੂੰਹ ਤੇ, ਬਹੁਤ ਟ੍ਰਿਮ ਸ਼੍ਰੀਮ, ਫਰੈਸ਼ ਮੂੰਹ ਉਂਝ ਦਾ ਹੁਣ ਜੀ। ਅੱਛਾ, ਬਾਕੀ ਕੀ? ਬਾਕੀ ਵੀ ਠੀਕ, ਬਾਕੀ ਕੀ ਨੁਕਸ? ਲੇਕਿਨ ਮੂੰਹ ਸਭ ਤੋਂ ਪਹਿਲੇ ਅਸਰ ਮੂੰਹ ਤੇ ਪੈਂਦਾ ਹੈ। ਹਾਂ, ਮੂੰਹ ਤੇ ਅਸਰ ਪੈਂਦਾ ਹੈ। ਰੈਂਬੋ ਐਨਾ ਮਜ਼ਦਾਰ, ਤੂੰ ਮੇਰੇ ਕੋਲ ਕੁਐਸਚਨ ਕੀਤਾ, ਅੱਜ ਤੈਨੂੰ ਆਨਸਰ ਦਿੰਦੇ ਆ, ਮਜ਼ਾ ਆਏਗਾ ਤੁਹਾਨੂੰ ਦੋਵਾਂ ਨੂੰ, ਕਿਉਂਕਿ ਤੁਸੀਂ ਤੇ ਮੇਰੀ ਫੀਲਡ ਦੇ ਲੋਕ ਹੋ ਨਾ ਔਰ ਮੇਰੇ ਆਪਣੇ ਪਿਆਰੇ ਹੋ। ਮੈਨੂੰ ਜਦੋਂ ਵੀ ਕੁਐਸਚਨ ਸਾਰੇ ਪੁੱਛਦੇ ਨੇ ਨਾ ਬਾਕੀ ਚੈਨਲਸ ਤੇ ਕਿ ਮੋਰਨਿੰਗ ਪ੍ਰੋਗਰਾਮ ਵਿੱਚ ਕਿ ਜੀ ਤੁਸੀਂ ਇੰਨੇ ਫਰੈਸ਼ ਕਿਵੇਂ ਰਹਿੰਦੇ ਹੋ, ਸਵੇਰੇ ਸਵੇਰੇ ਇੰਨੇ ਫਰੈਸ਼ ਅਤੇ ਇਸ ਤਰ੍ਹਾਂ ਐਨਰਜੈਟਿਕ ਹੋ ਕੇ ਕੰਮ ਕਰਦੇ ਹੋ, ਇਹ ਕੀ ਇਹਦਾ ਕੀ ਰਾਜ਼ ਹੈ? ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ, ਮੇਰਾ ਸਾਰਾ ਕਰੀਅਰ ਤੁਹਾਡੇ ਸਾਹਮਣੇ ਵੀ, ਮੈਂ ਕੀ ਕਾਇਦ ਅਜ਼ਮ ਦੀ ਗੋਦ 'ਚ ਬੈਠ ਕੇ ਆਈ ਸਾਂ ਪਾਕਿਸਤਾਨ? ਅੱਛਾ, ਮੇਰਾ ਤੁਹਾਨੂੰ ਵੀ ਇਹੀ ਆਨਸਰ ਹੈ ਕਿ ਜ਼ਾਹਿਰ ਤੁਸੀਂ ਦੇਖਦੇ ਹੋ ਕਿ ਜਿਹੜੇ ਸਾਡੇ ਨਾਲ ਕੰਮ ਕਰਦੇ ਸਨ ਉਹ ਲੋਕਾਂ ਦੇ ਆਫਕੋਰਸ ਉਹਨਾਂ ਨੂੰ ਫਰਕ ਪਿਆ, ਉਹਨਾਂ ਦੀ ਸਕਿੰਨਾਂ ਲਟਕ ਗਈਆਂ ਨੇ ਔਰ ਸਰਜਰੀਆਂ ਵੀ ਹੋਈਆਂ ਨੇ, 50-50 ਸਰਜਰੀਆਂ ਕਰਾ ਕੇ ਚਿਹਰੇ ਦੀਆਂ ਸਭ ਕੁਛ, ਮੈਂ ਅੱਜ ਤੱਕ ਕੁਛ ਵੀ ਨਹੀਂ ਕੀਤਾ। ਜੋ ਹੈ ਓਰਿਜਨਲ ਇਨਸਾਨ, ਅਗਰ ਦਿਲੋਂ ਸਾਫ਼ ਹੈ, ਦਿਲੋਂ ਪਿਆਰ ਹੈ, ਦਿਲੋਂ ਅੱਛੇ ਹੈ, ਦਿਲੋਂ ਹਰ ਇੱਕ ਦੀ ਇੱਜ਼ਤ ਕਰਦਾ ਹੈ। ਇਹ ਸਰਜਰੀ ਕਿਸਨੇ ਕਰਾਈ ਹੈ ਮੈਨੂੰ ਇਹ ਤਾਂ ਪਤਾ ਹੈ, ਕਿਸ ਕਿਸ ਨੇ ਕਰਾਈ ਹੈ? ਫਿਰ ਮੇਰੇ ਮੂੰਹ 'ਚ ਕੁਛ ਨਿਕਲਣ ਲੱਗਾ ਸੀ, ਕੰਟਰੋਲ, ਅੱਲਾ ਮੇਰੇ ਕੰਟਰੋਲ ਦੇ ਦੇ। ਕਰਵਾਈ ਹੈ ਸਰਜਰੀ? ਕਿੰਨੇ ਨਹੀਂ ਕਰਾਈ, ਨੈਟ ਖੋਲੋ ਤੁਹਾਨੂੰ ਸਾਰੇ ਨਹੀਂ ਨਿਕਲ ਆਏਗੀ। ਸਰਜਰੀ ਨਹੀਂ ਕਰਾਉਂਦੇ ਤੇ ਮੇਰਾ ਖਿਆਲ ਹੈ ਤੁਹਾਡਾ ਫੇਸ ਜ਼ਿਆਦਾ। ਮੈਂ ਤਾਂ ਸਰਜਰੀ ਬਹੁਤ ਦੂਰ ਦੀ ਗੱਲ ਹੈ, ਮੈਂ ਤੇ ਕਦੀ ਸਿਰਿੰਜ ਨਹੀਂ ਵੇਖੀ। ਅੱਛਾ, ਸਰਜਰੀ ਦੇ ਬਾਰੇ 'ਚ ਮੈਨੂੰ ਕੋਈ ਸ਼ੌਕ ਨਹੀਂ, ਸਰਜਰੀ ਦੇ ਬਾਰੇ 'ਚ ਪੜ੍ਹਨ ਦਾ ਵੀ ਔਰ ਇਵਨ ਦੈਨ ਕੇ ਵੇਖਣ ਦਾ ਵੀ ਕੁਛ ਪਤਾ ਨਹੀਂ। ਔਰ ਬਾਲ ਵੀ ਉਂਝਦੇ ਹੋਣ, ਬਿਊਟੀ ਟਿਪਸ ਤੇ ਅਸੀਂ ਜਦੋਂ ਆਣਗੇ ਉਦੋਂ ਪੁੱਛਾਂਗੇ ਜੀ, ਫੇਸ ਫਰੈਸ਼ ਹੈ ਔਰ ਬਾਲ ਉਂਝਦੇ ਹੋਣ। ਇਹ ਮੈਂ ਆਗੇ ਪੁੱਛਣ ਕੇ ਲਈ ਰੱਖਾ ਹੁਆ ਥਾ, ਆਪਨੇ ਪਹਿਲੇ ਹੀ ਪੁੱਛ ਲਿਆ, ਮੈਂ ਤਾਂ ਪੁੱਛਣਾ ਚਾਹ ਰਹੀ ਥੀ ਇਨਕੀ ਫਿਲਮੋਂ ਕੀ ਇੱਕ ਲੰਬੀ ਫਹਿਰਿਸਤ ਹੈ ਉਸਕੇ ਬਾਰੇ ਮੈਂ। ਔਰ ਅਕਸਰ ਆਪਕੇ ਜਬ ਵੀ ਆਪਕਾ ਨਾਮ ਲਿਖਾ ਜਾਤਾ ਥਾ, ਪਹਿਲੇ ਇਹ ਹੋਤਾ ਥਾ ਕਿ ਅਖਬਾਰ ਮੈਂ ਕਾਫੀ ਪੇਜਸ ਹੋਤੇ ਥੇ ਫਿਲਮੋਂ ਕੇ, ਪ੍ਰੋਪਰ ਟਾਈਟਲਸ ਲਿਖਾ ਥਾ, ਔਰ ਮਾਥੇ ਪੇ ਲਿਖਾ ਹੋਤਾ ਥਾ ਵਕਤ ਕੀ ਸਬਸੇ ਖੂਬਸੂਰਤ ਹੀਰੋਇਨ ਯਾ ਵਕਤ ਕੀ ਸਬਸੇ ਮਾਸੂਮ ਹੀਰੋਇਨ, ਕਿਸੇ ਵੀ ਐਕਟਰੈਸ ਜੇ ਸਾਹਿਬਾ ਕੇ ਲਈ ਲਿਖਾ ਜਾਤਾ ਥਾ ਕਿ ਬੜੀ ਮਾਸੂਮ ਹੀਰੋਇਨ। ਔਰ ਫਿਰ ਹਮ ਦੋਨੋਂ ਕਾ ਹਮੇਸ਼ਾ ਇਹ ਵੀ ਆਇਆ ਕਿ ਉਹਨਾਂ ਨੇ ਕਵਰਡ ਕੱਪੜੇ ਪਹਿਨੇ, ਇਹਨਾਂ ਨੇ ਥੀਏਟਰ ਕੀ ਹੈ, ਫਿਲਮ ਕੀ, ਆਜ ਵੀ ਇਹ ਲਿਖਾ ਜਾਤਾ ਹੈ, ਪੂਰਾ ਮੀਡੀਆ, ਆਜ ਪੂਰਾ ਮੀਡੀਅਮ ਹਮੇਂ ਇਹ ਲਿਖਤਾ ਹੈ ਕਿ ਇਨ ਦੋਨੋਂ ਵਾਹਿਦ ਔਰਤੇਂ ਹੈ ਜਾਂ ਲੜਕੀਆਂ ਹੈ ਜਾਂ ਰੀਮਾ ਜਾਂ ਕੁਛ ਜੋ ਐਸੇ ਲੋਕ ਹੈ ਜਿਹਨੇ ਬਾਕੀ ਆਪਣੇ ਹੀਰਾ ਮੈਂ ਗੰਦਾ ਕੰਮ ਨਹੀਂ ਕੀਆ ਔਰ ਕੱਪੜੇ ਜੋ ਹੈ ਕਮ ਅਜ਼ ਕਮ ਕੋਸ਼ਿਸ਼ ਇਹ ਕੀ ਹੈ ਕਿ ਗਲੇ ਬੰਦ ਨਹੀਂ ਹੋ। ਆਪਕੀ ਜ਼ਿਆਦਾਤਰ ਫਿਲਮ ਮੈਂ ਦੇਖੀ ਹੈ, ਮੁਝੇ ਦਿਸ ਇਜ਼ ਐਪਰੀਸੀਏਸ਼ਨ, ਮੈਂ ਐਪਰੀਸ਼ੀਏਟ ਕਰਤੀ ਹੂੰ ਸਾਹਿਬਾ ਕੋ ਔਰ ਇਹ ਫਾਸ਼ੀ ਔਰ ਯਾਨੀ ਔਰ ਇਸਕੇ ਬਿਲਕੁਲ ਜ਼ਮਰੇ ਮੈਂ ਇਹ ਬੰਦੀ ਨਹੀਂ ਆਤੀ। ਮਦੀਆ, ਹਮ ਵੀ ਆਪਕੀ ਇੱਕ ਬਾਤ ਕੋ ਐਪਰੀਸ਼ੀਏਟ ਕਰਤੇ ਹੈ, ਥੈਂਕ ਯੂ, ਕਿ ਆਪਕਾ ਇੱਕ ਪਲੇ ਥਾ ਮੇਰਾ ਖਿਆਲ ਹੈ ਮੁਲਤਾਨ। ਹਾਂ, ਮੇਰਾ ਰੈਂਬੋ ਕੇ ਸਾਥ ਹੀ ਥਾ, ਇਹ ਜ਼ਰਾ ਪੁੱਛੇ 5 ਸਾਲ ਪਿਛੇ ਸੇ ਪਹਿਲੇ ਕੀ ਜ਼ੁਬਾਨੀ ਕਿ ਆਪਕੋ ਵਹਾਂ ਕੇ ਕੋਈ ਡਾਇਰੈਕਟਰ ਥੇ ਉਹਨਾਂ ਨੇ ਪ੍ਰੋਡਿਊਸਰ ਜੀ ਉਹਨਾਂ ਨੇ ਕਿਹਾ ਥਾ ਕਿ ਆਪਨੇ ਇਸ ਕਿਸਮ ਕਾ ਡਰੈਸ ਪਹਿਨਣਾ ਹੈ, ਕਿਆ ਇਹ ਆਪ ਥੋੜਾ ਸਾ ਆਪਣੀ ਜ਼ੁਬਾਨੀ ਬਤਾਏਂਗੇ? ਉਹਨਾਂ ਨੇ ਕਿਹਾ, ਉਹਨੇ ਮੈਨੂੰ ਲੈ ਵਾਪਸ ਕਰ ਦਿਆ। ਉਹ ਹਮਾਰਾ ਮੇਰਾ ਉਨਕੇ ਸਾ ਡੀਲ 12 ਲੱਖ ਮੇ ਹੋਈ ਵੀ ਥੀ ਔਰ ਉਹਨੇ ਮੈਨੂੰ 4 ਲੱਖ ਰੁਪਏ ਐਡਵਾਂਸ ਦਿਆ ਹੁਆ ਥਾ ਔਰ ਵਹਾਂ ਪੇ 4 ਦਿਨ ਹੀ ਹੋਏ ਥੇ ਮੇਰੇ ਹਾਲ ਸੇ। ਰੈਂਬੋ ਸਾਦੀ ਦਾ ਪੰਜਾਬੀ 'ਚ ਗੱਲ ਕਰੀਏ ਬਈ, ਰੈਂਬੋ ਯਾਦ ਹੈ ਉਹ ਜਦੋਂ ਤੂੰ ਪਰਦੇ ਤੂੰ ਵੀ ਦੇਖਣਾ ਸੀ ਪਰੇਸ਼ਾਨ ਹੋ ਜਾਂਦਾ ਸੀ, ਮੈਂ ਵੀ ਇਹੀ ਸਾ ਪਰੇਸ਼ਾਨ ਦੁਖੀ ਜੇ ਹੋ ਜਾਂਦਾ ਸੀ, ਕਿਉਂਕਿ ਅਸੀਂ ਅੱਛਾ ਕੰਮ ਕਰਨ ਵਾਲੇ ਲੋਕ ਹਾਂ ਨਾ। ਪਤਾ ਕੀ ਕਿੱਸਾ ਲੰਬਾ ਹੈ, ਬ੍ਰੇਕ ਤੋਂ ਆ ਕੇ ਆਰਾਮ ਨਾਲ ਸੁਣਨੇ, ਚਲ ਕਿਉਂਕਿ ਬ੍ਰੇਕ ਦਾ ਵੇਲਾ ਹੋ ਗਿਆ, ਐਵੇਂ ਸੇ ਮੁੱਕਣ ਵਾਲਾ ਸੀ, ਸ਼ਾਰਟ ਕਰਨਾ ਸੀ, ਐਵੇਂ ਮੁੱਕਣਾ ਸੀ, ਨਹੀਂ ਆਗੇ ਕਰਾਂਗੇ ਚਲ ਜੀ, ਬਾਅਦ ਮੇਂ ਇਹ ਕਿੱਸਾ ਹੋਗਾ, ਜ਼ਰਾ ਤਫਸੀਲ ਸੇ ਮਿਲਤੇ ਹੈ ਬ੍ਰੇਕ ਕੇ ਬਾਅਦ।
ਜੀ ਆਇਆਂ ਨੂੰ ਜੀ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਅਸੀਂ ਤੇ ਹੱਸ ਰਹੇ ਹਾਂ ਜੀ ਔਰ ਤੁਸੀਂ ਵੀ ਯਕੀਨਨ ਹੱਸ ਰਹੇ ਹੋਵੋਗੇ ਮੈਂ ਰੋ ਰਹੀ ਹਾਂ ਨਾਜ਼ਰੀਨ ਤੇ ਦੇਖ ਰਹੇ ਹੋ ਦੋਵਾਂ ਪਾਸੇ ਤੁਸੀਂ ਦੇਖ ਰਹੇ ਜਰਾ ਦੋਵੇਂ ਮੇਰੀ ਅੱਖਾਂ ਲੱਗ ਰਹੀਆਂ ਇੰਨਾ ਪਾਣੀ ਅੱਲਾਹੁ ਅਕਬਰ ਸਵੇਰੇ ਸਵੇਰੇ ਉੱਠੋ ਤੇ ਫਿਰ ਆਹੀ ਹੁੰਦਾ ਅੱਛਾ ਬਹੁਤ ਆਦਤ ਨਹੀਂ ਨਾ ਸਵੇਰੇ ਉੱਠਣ ਦੀ ਤੇ ਅੱਖਾਂ 'ਚ ਪਾਣੀ ਜਿਹਾ ਆ ਰਿਹਾ ਕੋਈ ਵਾਹ ਮਾਰਨਿੰਗ ਪ੍ਰੋਗਰਾਮ ਦਾ ਇਹ ਤੇ ਹੁੰਦਾ ਹੀ ਹੈ ਨਾ ਫਿਰ ਮਾਸ਼ਰਾ ਤਾਂ ਜਲਦੀ ਉੱਠਨੇ ਆ ਕੀ ਮਤਲਬ ਹੈ ਆਦਤ ਪੈਵੇ ਨਾ ਅੱਖਾਂ 'ਚ ਐਵੇਂ ਪਾਣੀ ਆ ਮੇਰੀ ਅੱਖਾਂ ਦੇਖੋ ਬਣਾਈਆਂ ਬੜੀ ਮਿਹਰਬਾਨੀ ਤੋਂ ਆਖੇ ਨਿਕਲ ਗਈ ਹੈ ਮਲਕਾ ਤੂੰ ਮੇਰੇ ਕੋ ਬਦਲੇ ਲੈਨੇ ਰੈਂਬੋ ਔਰ ਵੈਸੇ ਵੀ ਮਲਕਾ ਜਜ਼ਬਾਤ ਮਸ਼ਹੂਰ ਥੀ ਉਸ ਟਾਈਮ ਮੇ ਸਾਰੇ ਨੇ ਆ ਅੱਛਾ ਉਹ ਕੀ ਵਾਕਿਆ ਉਹ ਵਾਕਿਆ ਥਾ ਕਿਉਂਕਿ ਜ਼ਾਹਿਰ ਹੈ ਜਨਮ ਜਨਮ ਕੀ ਮੈਲੀ ਚਾਦਰ ਕੀ ਆ ਔਰ ਉਸ ਕੇ ਬਾਅਦ ਮੁਲਤਾਨ ਸਟੇਜ ਕਰਨੇ ਚਲੇ ਗਏ ਉਹ ਅਸੀਂ ਡਰਾਮਾ ਕਰਨ ਚਲੇ ਗਏ ਸਾਡੇ ਤੇ ਕਮਬਖਤੀ ਆ ਗਈ ਡਰਾਮਾ ਵੇ ਕਰਨਗੇ ਤੋ ਤੇ ਕਹਿੰਦੇ ਮੜ ਮੁਲਤਾਨ ਦੇ ਵਿੱਚ ਤੇ ਇੰਜ ਹੁੰਦਾ ਤਾਂ ਉਂਝ ਹੁੰਦਾ ਤਾਂ ਇੰਜ ਹੁੰਦਾ ਪਹਿਲਾਂ ਤਾਂ ਮੈਂ ਉਸਦੀ ਸਟੋਰੀ ਸੁਣਦੀ ਰਹੀ ਮੈਂ ਕਿਹਾ ਮਾਂ ਜਬ ਸਾਈਨ ਕੀਤਾ ਤਾਂ ਆਪਣੇ ਕੋਈ ਬਕ ਬਕ ਨਹੀਂ ਕੀ ਅਬ ਆਪਣੀ ਆਪ ਅੱਗੇ ਤਮਾਸ਼ਾ ਖੜਾ ਕਰਦੀ ਹੈ ਨਹੀਂ ਜੀ ਉਹ ਜ਼ਰਾ ਆਪਣੇ ਬੈਨ ਵਾਲਾ ਕੁੜਤਾ ਪਹਿਨਾ ਮੈਂ ਤਾਂ ਦੋ ਕੁ ਬਟਨ ਜ਼ਰਾ ਨਾ ਇੱਕ ਪਹਿਲਾ ਵਾਲਾ ਬਟਨ ਖੋਲ ਦੇ ਪਹਿਲੇ ਸੇ ਹੀ ਮਤਲਬ ਯਹਾਂ ਤੱਕ ਖੋਲ ਦੇ ਜੇ ਤੁਸੀਂ ਇਸਕਾ ਬਟਨ ਲਗਾਓ ਯਹਾਂ ਤਾਂ ਇਹ ਖੋਲ ਦੇ ਮੈਂ ਕਿਹਾ ਅਗਰ ਮੈਂ ਨਾ ਖੋਲਾਂ ਫਿਰ ਕਹਿੰਦਾ ਜੀ ਫਿਰ ਡਰਾਮਾ ਛੱਡਣਾ ਪਏਗਾ ਤੇ ਮੈਂ ਕਿਹਾ ਛੱਡਿਆ ਡਰਾਮਾ ਖੁਦਾ ਹਾਫਿਜ਼ ਬਾਏ ਬਾਏ ਟੇਕ ਕੇਅਰ ਵੈਰੀ ਗੁੱਡ ਵੈਰੀ ਗੁੱਡ ਰੈਂਬੋ ਵੀ ਉੱਥੇ ਹਾਂ ਰੈਂਬੋ ਗਵਾ ਹੈ ਔਰ ਅਸੀਂ ਫਸਟ ਟਾਈਮ ਮਾਹੌਲ ਦੇਖਿਆ ਇਹ ਵੀ ਬੱਚੇ ਦੀ ਤਰ੍ਹਾਂ ਦੇਖ ਕੇ ਮੈਨੂੰ ਕਹੇ ਐਸੇ ਇਹੋ ਅਸੀਂ ਇਹੋ ਜਿਹੇ ਡਰਾਮੇ ਕਦੀ ਕੀਤੇ ਨੇ ਅਸੀਂ ਇਹੋ ਜਿਹੀ ਕਦੀ ਫਿਲਮ ਕੀਤੀ ਹੈ ਔਰ ਜਦੋਂ ਅਸੀਂ ਐਂਟਰੀ ਕਰਦੇ ਸੀ ਕਦੀ ਇੰਜ ਕੰਮ ਕੀਤਾ ਮੈਂ ਕਿਹਾ ਸੀ ਕਦੀ ਨਹੀਂ ਸਾਡੇ ਆਉਣ ਤੋਂ ਪਹਿਲੇ ਪਹਿਲੇ ਉਹ ਪਤਾ ਨਹੀਂ ਕੀ ਕੀ ਦਿਖਾ ਚੁੱਕੇ ਹੁੰਦੇ ਸਨ ਜਦੋਂ ਅਸੀਂ ਸਾਡੀ ਇੰਟਰਵਲ ਤੇ ਐਂਟਰੀ ਦਵਾਂ ਦੀ ਕਰਾਉਂਦੇ ਸਨ ਐਂਟਰੀ ਅਸੀਂ ਆਵਾਂ ਤੇ ਸਾਰੇ ਜਨਾਬ ਖਮੋਸ਼ ਸਾਨੂੰ ਪਤਾ ਲੱਗੇ ਜੀ ਇੱਥੇ ਪਿੱਛੇ ਨਾ ਕੁਝ ਹੁੰਦਾ ਹੈ ਔਰ ਅਸੀਂ ਇੱਕ ਦਿਨ ਜਲਦੀ ਆ ਗਏ ਤੇ ਅਸੀਂ ਉੱਥੇ ਆ ਕੇ ਦੇਖਿਆ ਅੰਦਰ ਗਾਣਾ ਹੋ ਰਿਹਾ ਸੀ ਅਸੀਂ ਕਿਹਾ ਬਸ ਅੱਜ ਤੋਂ ਬਾਅਦ ਅਸੀਂ ਡਰਾਮਾ ਨਹੀਂ ਕਰਨਾ ਔਰ ਅੱਛਾ ਜੀ ਉਹਦਾ ਡਰਾਮੇ ਦਾ ਰਸ਼ ਨਾ ਟੁੱਟੇ ਉਹਦੇ ਉੱਤੇ ਸ਼ੋਅ ਲੱਗਣ ਕੋਈ 20 ਲੱਖ ਰੁਪਏ ਦੇ ਪਤਾ ਹੀ ਨਹੀਂ ਕਿ ਉਹ ਕਿਸ ਚੀਜ਼ ਤੇ ਲੱਗ ਰਹੇ ਨੇ ਅੱਛਾ ਦੋ ਬੰਦਿਆਂ ਦੇ ਨਾਮ ਯੂਜ਼ ਹੋ ਰਹੇ ਨੇ ਸਟਾਰਾਂ ਦੇ ਔਰ ਉਹ ਜਨਾਬ ਕਮਾਈ ਹੋਰ ਹੋ ਰਹੀ ਕਮਾਈ ਹੋਰ ਹੋ ਰਹੀ ਆਪ ਲੋਕ ਐਵੇਂ ਪ੍ਰਾਊਡ ਹੋਏ ਹੋਣਗੇ ਕਿ 20 ਨਹੀਂ ਪ੍ਰਾਊਡ ਨਹੀਂ ਸੀ ਹੋਏ ਸਾਨੂੰ ਪਤਾ ਸੀ ਆਫ ਕੋਰਸ ਦੋ ਦਿਨ ਦਿਨ ਦੇ ਬਾਅਦ ਅਸੀਂ ਬੇਸ਼ੱਕ ਮਾਸੂਮ ਲੋਕ ਆ ਇੰਡਸਟਰੀ ਦੇ ਲੋਕ ਆ ਤੁਸੀਂ ਅਸੀਂ ਸਖਤੀ ਕੀਤੀ ਫਿਰ ਇਹਨੇ ਸਖਤੀ ਕੀਤੀ ਮੈਂ ਕੀਤੀ ਮੈਂ ਤਾਂ ਸਟੈਪ ਵੀ ਨਹੀਂ ਲਿਆ ਨਾ ਬੋਲਡ ਮੈਂ ਕਹ ਰਹਿਮੋ ਤੂੰ ਰਹਿਣਾ ਤੂੰ ਰਹਿ ਤੂੰ ਇਹਨਾਂ ਨੂੰ ਵੇਖ ਤੇਰੇ ਲਈ ਤੇ ਚਾਹ ਮੈਂ ਚੱਲਣੀ ਆ ਕਹਿੰਦਾ ਨਹੀਂ ਨਹੀਂ ਮੈਂ ਵੀ ਜਾਵਾਂਗਾ ਉਸੇ ਵਕਤ ਨਾਲ ਆ ਆਬਵੀਅਸਲੀ ਲੇਡੀਜ਼ ਕੇ ਲਈ ਬੜਾ ਪ੍ਰੋਬਲਮ ਹੋ ਗਿਆ ਕਿ ਨਹੀਂ ਨਹੀਂ ਕਦੀ ਉਹਨੇ ਨਹੀਂ ਕਦੀ ਦੇਖਿਆ ਸੀ ਸਾਡੇ ਲਈ ਬੜੀ ਅਮੇਜ਼ਿੰਗ ਜੀ ਚੀਜ਼ ਸੀ ਪਰੇਸ਼ਾਨ ਹੋ ਗਏ ਸੀ 200 ਫਿਲਮਾਂ ਜੀ ਸਭ ਤੋਂ ਜ਼ਿਆਦਾ ਕੰਮ ਕਿਤੇ ਨਾਲ ਕੀਤਾ ਸ਼ਾਨਦਾਰ ਤਕਰੀਬਨ ਤਮਾਮ ਲੋਕਾਂ ਨਾਲ ਕੀਤਾ ਤਮਾਮ ਡਾਇਰੈਕਟਰਸ ਨਾਲ ਕੀਤਾ ਮਾਸ਼ਾਅੱਲਾ ਜਿੰਨੇ ਵੀ ਸਾਡੇ ਡਾਇਰੈਕਟਰ ਨੇ ਕੋਈ ਐਸਾ ਡਾਇਰੈਕਟਰ ਨਹੀਂ ਜਿਹਦੇ ਨਾਲ ਮੈਂ ਕੰਮ ਨਹੀਂ ਕੀਤਾ ਔਰ ਕੋਈ ਐਸਾ ਹੀਰੋ ਨਹੀਂ ਜਿਹਦੇ ਨਾਲ ਕੰਮ ਨਹੀਂ ਕੀਤਾ ਸਹੀ ਸਭ ਤੋਂ ਜ਼ਿਆਦਾ ਮੈਂ ਤੇਰੇ ਨਾਲ ਵੀ ਕੰਮ ਕੀਤਾ ਬਿਲਕੁਲ ਔਰ ਅੱਛਾ ਸਭ ਤੋਂ ਅੱਛੀ ਫਿਲਮ ਉਹ ਜੋ ਸਮਝਦੇ ਹਨ ਕਿ ਮਦੀਆ ਸ਼ਾਹ ਦੀ ਜ਼ਿੰਦਗੀ ਦਾ ਨਿਚੋੜ ਹੈ ਉਹ ਫਿਲਮ ਉਸਮੇ ਆਪਣੀ ਪੂਰੀ ਐਕਟਿੰਗ ਔਰ ਪੂਰੀ ਸਾਹਿਬਾ ਪਤਾ ਤੁਸੀਂ ਇਸ ਚੀਜ਼ ਨੂੰ ਦੋਵੇਂ ਹੀ ਬਿਹਤਰ ਸਮਝਦੇ ਹੋ ਜ਼ਾਹਿਰ ਹੈ ਤੁਸੀਂ ਵੀ ਅੰਦਰੋਂ ਕੰਮ ਕਰਦੇ ਹੋ ਹਰ ਆਰਟਿਸਟ ਲਈ ਚੈਲੰਜ ਹੁੰਦੀ ਹੈ ਫਿਲਮ ਲੱਗਦਾ ਫਸਟ ਡੇ ਕਰ ਰਹੇ ਹੋ ਫਸਟ ਟਾਈਮ ਕਰ ਰਹੇ ਹੋ ਪਰ ਫਸਟ ਡੇ ਤੁਸੀਂ ਟੇਕ ਦੇਣੀ ਹੈ ਬਸ ਪਹਿਲੇ ਦਿਨ ਉਸੇ ਤਰ੍ਹਾਂ ਡਰ ਲੱਗ ਰਿਹਾ ਹੁੰਦਾ ਉਸੇ ਤਰ੍ਹਾਂ ਹੀ ਅੰਦਰੋਂ ਕੰਬ ਰਿਹਾ ਹੁੰਦਾ ਬੰਦਾ ਕਿ ਯਾ ਅੱਲਾ ਪਹਿਲਾ ਦਿਨ ਨਹੀਂ ਔਰ ਕਿਸੇ ਦਿਨ ਵੀ ਫਸ ਜਾਂਦਾ ਕਿਸੇ ਦਿਨ ਵੀ ਫਸ ਸਕਦਾ ਇਹ ਮੈਂ ਮਜਾਜਨ 6 ਸਾਲ ਦੇਰ ਸੇ ਬਾਤ ਕੀਤੀ ਹਾਂ ਔਰ ਯਕੀਨ ਕਰੋ ਕਿ ਮੈਨੂੰ ਲੱਗਦਾ ਸਾਰੇ ਇਹ ਸੋਚਦੇ ਸਨ ਕਿ 6 ਸਾਲ ਬਾਅਦ ਇਹ ਫਿਲਮ ਕੈਮਰਾ ਕਿਵੇਂ ਫੇਸ ਕਰੇਗੀ ਔਰ ਕਿੰਜਾ ਹੋਏਗੀ ਸ਼ਾਨ ਇਵਨ ਕਿ ਹੋਇਆ ਸੀ ਕਿ ਪਤਾ ਨਹੀਂ ਕੀ ਕਰੇਗੀ ਸਾਇਮਾ ਕਿ ਇੰਨੀ ਦੇਰ ਹੋ ਗਈ ਹੈ ਇਹਨੇ 6 ਸਾਲ ਤੋਂ ਨਹੀਂ ਫੇਸ ਕੀਤਾ ਸਕਰੀਨ ਨੂੰ ਔਰ ਜਦੋਂ ਪਹਿਲਾਂ ਹੀ ਸ਼ਾਰਟ 300 ਫਿੱਟ ਦਾ ਬਣਾ ਦਿੱਤਾ ਨੂਰ ਸਾਹਿਬ ਨੇ ਵਨ ਟੇਕ ਓਕੇ 300 ਫੁੱਟ ਦਾ ਹਾਂਜੀ ਅੱਛਾ ਹਮੇਸ਼ਾ ਚੈਲੰਜਿੰਗ ਰੋਲ ਕੇ ਲਈ ਮੈਂ ਕੀਤਾ ਹੀ ਚੈਲੰਜਿੰਗ ਨੇ ਜ਼ਿਆਦਾ ਕੰਮ ਹੀ ਚੈਲੰਜਿੰਗ ਕੀਤਾ ਕਰਨਾ ਵੀ ਹੋਈ ਚਾਹੀਦਾ ਟ੍ਰੈਜੇਡੀ ਬਹੁਤ ਕੀਤੀ ਹੈ ਟ੍ਰੈਜੇਡੀ ਕਰਵਾ ਦਿੰਦੇ ਸਨ ਜ਼ਾਹਿਰ ਨਾ ਵੀ ਹੋਵੇ ਤੇ ਇੰਨੀ ਟ੍ਰੈਜੇਡੀ ਬਸ਼ੀਰ ਨੇ ਆਸਬ ਲਿਖਦੇ ਸਨ ਮਾਸ਼ਾਅੱਲਾ ਸਾਡੇ ਅੱਛੇ ਰਾਈਟਰ ਲਿਖਣ ਵਾਲੇ ਸੰਤ ਨਸੀਬ ਹੋਏ ਅਸਤੇ ਬੜੇ ਲੱਕੀ ਹੈ ਸਾਹਿਬਾ ਜੀ ਬੜਾ ਅੱਛਾ ਕੰਮ ਕੀਤਾ ਹੈ ਔਰ ਅੱਛੇ ਪ੍ਰੋਡਿਊਸਰਾਂ ਨਾਲ ਅੱਛੇ ਡਾਇਰੈਕਟਰਾਂ ਨਾਲ ਅੱਛੀ ਟੀਮਾਂ ਨਾਲ ਕੰਮ ਕੀਤਾ ਹੈ ਅਸੀਂ ਟੀਮ ਵਰਕ ਬਣਾ ਕੇ ਕੰਮ ਕੀਤਾ ਹੈ ਫਿਲਮੇ ਲੱਗਦੀ ਸੀ ਕਿੰਨੀ ਫਿਲਮੇ ਬਣਦੀ ਸੀ ਕਿੰਨੀ ਫਿਲਮਾਂ ਲੱਗਦੀਆਂ ਸਨ ਆਪਣਾ ਰੀਮਾ ਨਰਗਿਸ ਸਾਹਿਬਾ ਮਦੀਆ ਸ਼ਾਹ ਨੀਲੀ ਬੇਗਮ ਸਾਇਮਾ ਬੇਗਮ ਨਹੀਂ ਨੀਲੀ ਹਮਸੇ ਪਹਿਲੇ ਕੀਤੀ ਰੈਂਬੋ ਪਤਾ ਨਹੀਂ ਮੈਂ ਆਜ ਮੈਂ ਕਰੈਕਸ਼ਨ ਕਰਨਾ ਚਾਹ ਰਹੀ ਹੂੰ ਨੀਲੀ ਨਾਦਰਾ ਦਾ ਦੌਰ ਖਤਮ ਹੋ ਰਿਹਾ ਤਾਂ ਮੈਂ ਰੀਮਾ ਜਬ ਐਂਟਰ ਹੂੰ ਨਹੀਂ ਮੈਂ ਗੱਲ ਕਰ ਰਿਹਾ ਜਦੋਂ ਰੀਮਾ ਜ਼ਾਹਿਰ ਐਂਟਰ ਹੋ ਚੁੱਕੀ ਵੀ ਤੇ ਮੇਰੇ ਉਸਕੇ ਵੀ ਸਾਥ ਬਾਤ ਜਦੋਂ ਇਹਨਾਂ ਨੂੰ ਇੱਕ ਸਾਈਡ ਤੇ ਕਰਦੇ ਆ ਇਸ ਤੋਂ ਬਾਅਦ ਜਿਹੜੀਆਂ ਲੜਕੀਆਂ ਆਈਆਂ ਨੇ ਹਾਲਾਂਕਿ ਇਹਦੇ ਚ ਖੁਸ਼ਬੂ ਵੀ ਹੈ ਰੇਸ਼ਮ ਔਰ ਅਸੀਂ ਸਨਾ ਦਾ ਨਾਮ ਲੈ ਲੈਨੇ ਆ ਸਨਾ ਮੀਰਾ ਲੈਲਾ ਸਭ ਆਉਂਦੀਆਂ ਨੇ ਮੀਰਾ ਲੈਲਾ ਇਹ ਮਗਰ ਕੈਟਾਗਰੀਜ਼ ਡਿਫਰੈਂਟ ਇਸ ਤੋਂ ਬਾਅਦ ਸਭ ਦੀ ਕੈਟਾਗਰੀਜ਼ ਡਿਫਰੈਂਟ ਨੇ ਕਿਸੇ ਨੂੰ ਉਹੋ ਜਿਹਾ ਕੰਮ ਮਿਲਿਆ ਕਿਸੇ ਨੂੰ ਉਹੋ ਜਿਹਾ ਰੋਲ ਮਿਲਿਆ ਨੇ ਕਿਸੇ ਨੂੰ ਨਹੀਂ ਮਿਲੇ ਕਿਸੇ ਨੇ ਸਾਈਡ ਤੇ ਰਹਿ ਕੇ ਕੰਮ ਕੀਤਾ ਲੇਕਿਨ ਇੱਥੇ ਤੱਕ ਫਿਰ ਵੀ ਕੰਮ ਠੀਕ ਸੀ ਮੈਂ ਗੱਲ ਕਰ ਰਿਹਾ ਇਹਨਾਂ ਕੁੜੀਆਂ ਤੋਂ ਬਾਅਦ ਇੱਕ ਲਾ
ਤਬਾਹ ਬਰਬਾਦ ਹੋ ਗਿਆ ਮੁਲਕ ਤੇ ਫਿਰ ਉਹਦਾ ਵੀ ਇਹੀ ਹਾਲ ਹੋਣਾ ਸੀ ਇੰਡਸਟਰੀ ਦਾ ਕੀ ਹੋਣਾ ਲੇਕਿਨ ਇਹ ਜਿੱਦ ਸਰਬਰਾਹ ਨਾ ਰਵੇ ਨਾ ਇੱਕ ਜਗ੍ਹਾ ਦਾ ਸੌਰੀ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ ਜਦੋਂ ਇੱਕ ਸਰਬਰਾਹ ਨਾ ਘਰ ਦਾ ਰਵੇ ਤਾਂ ਜ਼ਾਹਿਰ ਘਰ ਦਾ ਨਿਜ਼ਾਮ ਬਦਲ ਜਾਂਦਾ ਲੇਕਿਨ ਮਦੀਆ ਆਪ ਕੀ ਸਮਝਦੀ ਹੈ ਕਿ ਤਬਾਹੀ ਸਟਾਰਟ ਕਹਾਂ ਸੇ ਹੋਈ ਇੱਕ ਹੋਤਾ ਤਬਾਹੀ ਜਬ ਨਾਨ ਪ੍ਰੋਫੈਸ਼ਨਲਿਜ਼ਮ ਹਮਾਰਾ ਸਟਾਰਟ ਹੁਆ ਜਬ ਹਮ ਲੋਗ ਪ੍ਰੋਫੈਸ਼ਨਲਿਜ਼ ਹੀ ਨਹੀਂ ਰਹੇ ਪ੍ਰੋਫੈਸ਼ਨਲਿਜ਼ਮ ਹੀ ਨਹੀਂ ਰਹਾ ਜਬ ਔਰਤੋਂ ਨੇ ਖੁਦ ਪੈਸੇ ਦੇ ਕੇ ਫਿਲਮਾਂ ਮੇਂ ਕਾਮ ਕਰਨਾ ਸ਼ੁਰੂ ਕਰ ਦਿਆ ਵਹਾਂ ਸੇ ਖਤਮ ਹੋ ਕੇ ਫਿਨਿਸ਼ਡ ਉਸਕੇ ਬਾਅਦ ਚੁਆਇਸ ਕਈ ਡਾਇਰੈਕਟਰ ਚੁਆਇਸ ਕਈ ਪ੍ਰੋਡਿਊਸਰ ਚੁਆਇਸ ਕਈ ਹਰ ਚੀਜ਼ ਨਹੀਂ ਮੇਰਾ ਖਿਆਲ ਹੈ ਕਿ ਜਦੋਂ ਤੱਕ ਤੁਸੀਂ ਲੋਕ ਕੰਮ ਕਰ ਰਹੇ ਸੋ ਤਾਂ ਉਦੋਂ ਤੇ ਪੈਸੇ ਲੈਣ ਦਾ ਰਿਵਾਜ ਸੀ ਦੇਣ ਨਹੀਂ ਉਦੋਂ ਤੇ ਬਕਾਇਦਾ ਐ ਸੀ ਕਿ ਪੈਸੇ ਵੀ ਲਈਦੇ ਸਨ ਔਰ ਟੈਲੈਂਟ ਤੇ ਆਈਦਾ ਸੀ ਟੈਲੈਂਟ ਹੰਟ ਹੁੰਦਾ ਸੀ ਬਕਾਇਦਾ ਕਿ ਆ ਮੈਨੂੰ ਬਤਾਏ ਸਾਹਿਬਾ ਕਿੰਨੀ ਫਿਲਮਾਂ ਸਾਈਨ ਕੀਤੀਆਂ ਨੇ ਆਪਣੇ ਟੈਲੈਂਟ ਤੇ ਮੈਂ ਸਾਈਨ ਕੀਤੇ ਨੇ ਆਪਣੇ ਟੈਲੈਂਟ ਤੇ ਰੈਂਬੋ ਨੇ ਸਾਈਨ ਕੀਤੇ ਨੇ ਆਪਣੇ ਟੈਲੈਂਟ ਤੇ ਅੱਛਾ ਪੈਸੇ ਵੀ ਲੈਤੇ ਤੇ ਔਰ ਨਖਰੇ ਵੀ ਦਿਖਾਤੇ ਨਖਰੇ ਵੀ ਔਰ ਡੇਟਾ ਵੀ ਨਹੀਂ ਤਾਂ ਫਿਲਮਾਂ ਛੱਡ ਵੀ ਦੇਈਦੀਆਂ ਸਨ ਦੂਸਰੀ ਨੂੰ ਮਿਲ ਜਾਂਦੀਆਂ ਸਨ ਕੰਮ ਉੱਥੋਂ ਖਰਾਬ ਹੋਇਆ ਜਿੱਥੋਂ ਪੈਸੇ ਦੇ ਕੇ ਫਿਲਮਾਂ ਜਾਣਾ ਸ਼ੁਰੂ ਹੋ ਗਏ ਹਾਂ ਆਫ ਕੋਰਸ ਕੰਮ ਉੱਥੇ ਬਰਬਾਦ ਹੁੰਦਾ ਜ਼ਾਹਿਰ ਹੈ ਇੱਕ ਬਦਿਆਂਤੀ ਔਰ ਰੋਲ ਇੱਕ ਰੈਂਬੋ ਦਾ ਰੋਲ ਹੈ ਕਾਮੇਡੀਅਨ ਇੱਕ ਰੈਂਬੋ ਤੋਂ ਅੱਛਾ ਕੋਈ ਮੰਝਾ ਨਹੀਂ ਕਰ ਸਕਦਾ ਮੈਂ ਉਹਦੇ ਚਾਹ ਰੰਗੀਲਾ ਪਾਲਵਾਂ ਕਿਵੇਂ ਫਿਲਮ ਚੱਲੇਗੀ ਲੈਟ ਮੀ ਨੂੰ ਕਿਵੇਂ ਚਲਾਵਾਂਗੀ ਮੈਂ ਫਿਲਮ ਦੇਖੋ ਨਾ ਰੋਲ ਰੈਂਬੋ ਦਾ ਜਾਂ ਰੋਲ ਸਾਹਿਬਾ ਦਾ ਮੈਂ ਸਾਹਿਬਾ ਦੀ ਜਗ੍ਹਾ 'ਤੇ ਅਨਨੋਨ ਜੀ ਔਰਤ ਕੋਈ ਪਾ ਲਵਾਂ ਉਹਨੂੰ ਪਤਾ ਹੀ ਨਹੀਂ ਐਕਟਿੰਗ ਦੇ ਰਮੂਜ਼ ਦਾ ਹੀ ਨਹੀਂ ਪਤਾ ਕਿ ਐਕਟਿੰਗ ਦੇ ਸਕਿੱਲਸ ਕਿੰਨੇ ਨੇ ਕਿਵੇਂ ਕਰਨਾ ਇਹਨੂੰ ਕਿਵੇਂ ਇਹਨੂੰ ਪੇਸ਼ ਕਰਨਾ ਕਿਵੇਂ ਇਹਨੂੰ ਸਾਹਮਣੇ ਲੈ ਕੇ ਆਉਣਾ ਇਹਦੇ 'ਚ ਕਿੰਨਾ ਡੁੱਬਣਾ ਆਪਣੀ ਜ਼ਾਤ ਦੀ ਕਿੰਨੀ ਨਫੀ ਕਰਨੀ ਉਹਨੂੰ ਪਤਾ ਹੀ ਨਹੀਂ ਕਿਉਂਕਿ ਐਕਟਿੰਗ ਨਹੀਂ ਕਰਦਾ ਮੈਂ ਐਕਟਿੰਗ ਨਹੀਂ ਕਰਦਮ ਦਾ ਨਾਮ ਉਹ ਕਿਹਨੂੰ ਕੀ ਪਤਾ ਕਿਹਨੂੰ ਹੈ ਅਸੀਂ ਤਾਂ ਖੁਸ਼ ਨਸੀਬ ਲੋਕ ਹਾਂ ਸਾਨੂੰ ਸੀਨੀਅਰਸ ਲੋਕ ਹੀ ਐਸੇ ਮਿਲੇ ਜਿਹੜੇ ਉਸਤਾਦ ਸਨ ਜਿਨ੍ਹਾਂ ਨੇ ਸਾਨੂੰ ਕੰਮ ਸਿਖਾ ਦਿੱਤਾ ਜਿਨ੍ਹਾਂ ਨੇ ਅਵਲ ਤਾਂ ਅਸੀਂ ਟੀਵੀ ਤੋਂ ਸਿੱਖਿਆ ਹੈ ਨਾਮ ਕਮਾਇਆ ਨਿਸ਼ੋ ਬੇਗਮ ਨੇ ਆਫ ਕੋਰਸ ਉਹਨਾਂ ਦੀ ਬੇਟੀ ਨੇ ਆ ਕੇ ਫਿਰ ਤਹਿਲਕਾ ਤੇ ਮਚਾਣਾ ਹੀ ਸੀ ਅੱਛਾ ਬੜੀ ਦੇਰ ਹੋ ਗਈ ਨੋ ਡਾਊਟ ਬੜੀ ਦੇਰ ਹੋ ਗਈ ਥਰਥੱਲੀ ਜੀ ਨਹੀਂ ਬਈ ਕੋਈ ਮੇਰੇ ਦੇਖਣ ਵਾਲੇ ਸਾਰੇ ਕਹਿ ਰਹੇ ਹੋਣੇ ਇੱਕਦਮ ਚੁੱਪ ਜੇ ਹੋ ਗਏ ਨੇ ਨਹੀਂ ਉਹ ਆਡੀਅੰਸ ਨੂੰ ਪਤਾ ਹੈ ਕਿ ਅਸੀਂ ਜ਼ਰਾ ਕੁਝ ਜ਼ਰਾ ਵਿੱਚ ਸੀਰੀਅਸ ਦੀਆਂ ਗੱਲਾਂ ਉਹ ਗੱਲਾਂ ਨੇ ਜਿਹੜੀ ਉਹਨਾਂ ਦੇ ਮਤਲਬ ਦੀਆਂ ਵੀ ਨੇ ਉਹ ਵੀ ਜਾਣਨਾ ਚਾਹੁੰਦੇ ਨੇ ਕਿ ਹਕੀਕਤ ਕੀ ਹੈ ਕਿਉਂਕਿ ਜਦੋਂ ਅਸੀਂ ਬਹਿ ਗਏ ਹਾਂ ਇਹਦਾ ਮਤਲਬ ਹੈ ਕਿ ਉਹ ਸਮਝਣਾ ਚਾਹੁੰਦੇ ਨੇ ਕਿ ਅਸਲੀ ਹਕੀਕਤ ਕੀ ਹੈ ਇੰਡਸਟਰੀ ਦਾ ਜ਼ਵਾਲ ਕੀ ਹੈ ਇੰਡਸਟਰੀ ਦਾ ਅਰੂਜ ਕੀ ਹੈ ਇੰਡਸਟਰੀ 'ਚ ਕਿਹੜਾ ਆਇਆ ਕਿਹੜਾ ਗਿਆ ਕਿਹੜੇ ਕਿਹੜੇ ਡਾਇਰੈਕਟਰ ਸਨ ਕਿਹੜੇ ਕਿਹੜੇ ਪ੍ਰੋਡਿਊਸਰ ਸਨ ਅੱਛੇ ਕਿਵੇਂ ਅਸੀਂ ਕੰਮ ਕੀਤਾ ਆਫ ਕੋਰਸ ਹੁਣ ਇਹ ਦੱਸੋ ਕੰਮ ਤੇ ਆਖਰੀ ਜਿਹੜੀ ਪੀੜੀ ਸੀ ਨਾ ਕੰਮ ਦੀ ਉਹ ਐਹੀ ਉਹ ਐਹੀ ਇੱਥੇ ਖਤਮ ਹੋ ਜਾਂਦੀ ਹੈ ਪੀੜੀ ਇੱਥੇ ਕੰਮ ਇਸ ਤੋਂ ਬਾਅਦ ਇੱਥੇ ਹੀ ਮੁੱਕ ਜਾਂਦੀ ਹੈ ਬਸ ਪੀੜੀ ਖਤਮ ਹੋ ਜਾਂਦੀ ਹੈ ਉਹ ਜਿਹੜੀਆਂ ਕੁੜੀਆਂ ਬਾਅਦ ਵਿੱਚ ਆਈਆਂ ਨੇ ਉਹ ਕੁਝ ਦਿਨਾਂ ਵਾਸਤੇ ਸਨ ਨਾ ਉਹਨਾਂ ਦੀ ਫਿਲਮ ਚੱਲੀ ਹੈ ਨਾ ਉਹ ਹਿੱਟ ਹੋਈਆਂ ਨੇ ਨਾ ਕੁਝ ਹੋਇਆ ਕੰਮ ਜਿਹੜਾ ਸੀ ਲੈਲਾ ਔਰ ਸਨਾ ਤੱਕ ਹੀ ਰਿਹਾ ਉਸ ਤੋਂ ਬਾਅਦ ਲੈਲਾ ਸਨਾ ਨੇ ਵੀ ਅੱਛਾ ਕੰਮ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਆਫ ਕੋਰਸ ਉਹਨੂੰ ਟਾਈਮ ਮਿਲਿਆ ਬਿਲਕੁਲ ਨਹੀਂ ਆਇਆ ਲੈਲਾ ਨੇ ਮੈਂ ਸਾਈਡ ਰੋਲਾਂ ਚ ਦੇਖਿਆ ਜ਼ਿਆਦਾ ਮਗਰ ਅੱਛਾ ਰਹੀ ਥੋੜਾ ਫਿਰ ਵੀ ਅੱਛਾ ਰਿਹਾ ਬਿਹਤਰ ਰਿਹਾ ਉਹਨੇ ਵਿਚਾਰਾ ਆਪਣੇ ਨੂੰ ਜਿੰਨਾ ਉਹਨੂੰ ਲਿਆ ਸਕੇ ਨੇ ਉਹਨੇ ਇੰਪਰੂਵ ਕੀਤਾ ਲੇਕਿਨ ਉਹਨੇ ਫਿਰ ਵੀ ਕੀਤਾ ਬਿਹਤਰ ਕੀਤਾ ਉਸ ਤੋਂ ਬਾਅਦ ਤੇ ਬਸ ਫਿਰ ਬਿਲਕੁਲ ਹੀ ਫਿਰ ਬਿਸਾਇਮਾ ਬੇਗਮ ਰਹਿ ਗਏ ਫਿਰ ਹਰ ਫਿਲਮ 'ਚ ਜੇ ਕੋਈ ਬਣ ਰਹੀ ਹੈ ਸੁਸਾਇਟੀ ਗਰਲ ਤੇ ਉਹ ਸਾਇਮਾ ਜੇ ਬਣੇਗੀ ਕੋਈ ਮਜਾਜਨ ਤੇ ਉਹ ਸਾਇਮਾ ਅਗਰ ਕੋਈ ਹੋਰ ਚੀਜ਼ ਬਣੇਗੀ ਉਹ ਸਾਇਮਾ ਹਰ ਫਿਲਮ 'ਚ ਜਦੋਂ ਸਾਇਮਾ ਹੈ ਜੂਲੀ ਬਣੇਗੀ ਤੇ ਸਾਇਮਾ ਹੀ ਰਾਜਾ ਬਣੇਗੀ ਤੇ ਸਾਇਮਾ ਹਰ ਫਿਲਮ 'ਚ ਜਦੋਂ ਸਾਇਮਾ ਤੇ ਫਿਰ ਸਾਇਮਾ ਆਫ ਕੋਰਸ ਔਰ ਨੋ ਡਾਊਟ ਨੰਬਰ 1 ਆਰਟਿਸਟ ਇਹਦੇ 'ਚ ਕੋਈ ਸ਼ੱਕ ਨਹੀਂ ਅਸੀਂ ਤੇ ਬੈਠ ਕੇ ਦੇਖੋ ਜਿਹੜਾ ਕੋਈ ਹੈ ਜਿਹਦੀ ਕੋਈ ਕੁਆਲਿਟੀ ਹੈ ਜਿੱਦਾਂ ਕੋਈ ਨਾਮ ਹੈ ਉਹਨੂੰ ਮੰਨਣਾ ਚਾਹੀਦਾ ਸੈਯਦ ਨੂਰ ਸਾਹਿਬ ਬਹੁਤ ਵੱਡੇ ਡਾਇਰੈਕਟਰ ਨੇ ਆਫ ਕੋਰਸ ਔਰ ਸਾਇਮਾ ਬਹੁਤ ਵੱਡਾ ਬੜੀ ਵੱਡੀ ਆਰਟਿਸਟ ਹੈ ਆਫ ਕੋਰਸ ਉਹਨੂੰ ਟਾਈਮ ਮਿਲਿਆ ਉਹਨੂੰ ਨੂਰ ਸਾਹਿਬ ਨੇ ਬਹੁਤ ਪੋਲਿਸ਼ ਕੀਤਾ ਸਾਡੇ ਸਾਹਮਣੇ ਹਾਲਾਂਕਿ ਬਹੁਤ ਉਹਨੇ ਸਾਡੇ ਤੋਂ ਸੀਨੀਅਰ ਸੀ ਬਹੁਤ ਕੰਮ ਕਰ ਚੁੱਕੀ ਹੋਈ ਸੀ ਪਹਿਲੇ ਬਹੁਤ ਗਰੂਮ ਕੀਤੀ ਹੈ ਗਰੂਮਿੰਗ ਕੀਤੀ ਹੈ ਆਫ ਕੋਰਸ ਉਹਨੇ ਗਰੂਮ ਨੂਰ ਸਾਹਿਬ ਨੂੰ ਟੋਟਲ ਗਰੂਮ ਕਰਦਾ ਮਗਰ ਹੁਣ ਨੋਟ ਮੋਰ ਤਾਂ ਮੁੱਕੀ ਇੰਡਸਟਰੀ ਅਦਰਵਾਈਜ਼ ਇੰਡਸਟਰੀ ਦਾ ਰੋਜ਼ਾਨਾ ਲੇਕਿਨ ਕੈਰੈਕਟਰ ਜਿਹੜਾ ਨਾ ਐਕਟਰ ਜਿਹੜਾ ਨਾ ਐਕਟਰ ਤੇ ਹਮੇਸ਼ਾ ਚੱਲ ਸਕਦਾ ਹੈ ਲੇਕਿਨ ਉਹਦੇ ਹਿਸਾਬ ਨਾਲ ਕੈਰੈਕਟਰ ਹੋਵੇ ਕੈਰੈਕਟਰ ਹੋਵੇ ਲੇਕਿਨ ਅੱਗੇ ਟੈਲੈਂਟ ਵੀ ਤਾਂ ਆਏ ਨਾ ਅਗਰ ਸਾਇਮਾ ਨਾ ਮੁੱਕ ਜਾਣੇ ਵਾਲਾ ਨਾ ਅਗਰ ਨੀਲੀ ਨਾਦਰਾ ਦਾ ਟਾਈਮ ਨਹੀਂ ਰਹਾ ਕਿਉਂਕਿ ਮਦੀਆ ਸ਼ਾਹ ਆ ਗਈ ਸੀ ਰੀਮਾ ਆ ਗਈ ਸੀ ਸਾਇਬਾ ਆ ਗਈ ਉਸਕੇ ਬਾਅਦ ਨਰਗਿਸ ਆ ਗਈ ਮਤਲਬ ਨਰਗਿਸ ਵੀ ਹਮਾਰੇ ਸਭ ਕਿਤਨੀ ਫਿਲਮਾਂ ਮੇਂ ਮਾਜਲਾ ਕੰਮ ਕੀਤਾ ਉਹ ਜੀ ਸਾਇਮਾ ਬੇਗਮ ਦੇ ਸਾਹਮਣੇ ਜਿਹੜੀਆਂ ਕੁੜੀਆਂ ਆਈਆਂ ਨੇ ਉਹ ਕਿਹੋ ਜਿਹੀਆਂ ਸਨ ਤੁਹਾਨੂੰ ਪਤਾ ਹੀ ਹੈ ਤੇ ਫਿਰ ਸਾਇਮਾ ਬੇਗਮ ਨੇ ਚੱਲਣਾ ਹਾਂ ਉਨਸ ਤੋਂ ਬਹੁਤ ਬਿਹਤਰ ਸੀ ਔਰ ਸਾਇਮਾ ਤਾਂ ਬਹੁਤ ਅੱਛੀ ਆਰਟਿਸਟ ਹੈ ਸਾਇਮਾ ਅੱਛੀ ਨੋ ਡਾਊਟ ਬਹੁਤ ਅਸੀਂ ਮਜਾਜਨ ਕੀਤੀ ਇਕੱਠੀ ਔਰ ਪਤਾ ਹੀ ਨਹੀਂ ਚੱਲਿਆ ਕਿਦੋਂ ਸ਼ੁਰੂ ਹੋਈ ਕਿਦੋਂ ਮੁੱਕ ਔਰ ਪਿਛਲੇ ਜਿਹੜੇ 7-8 ਸਾਲ ਇੰਡਸਟਰੀ ਨੂੰ ਕੁੜੀ ਵੱਲੋਂ ਸਪੋਰਟ ਮਿਲੀ ਹੈ ਨਾ ਤੇ ਉਹ ਇਕੱਲੇ ਹੀ ਸਨ ਹਾਂ ਇਕੱਲੇ ਕੋਈ ਉਹਨਾਂ ਦੇ ਨਾਲ ਨਹੀਂ ਸੀ ਕੋਈ ਨਹੀਂ ਮਗਰ ਰੈਂਬੋ ਹੁੰਦਾ ਐ ਨਹੀਂ ਗੱਲ ਹੁੰਦੀ ਕਿ ਇੱਕੋ ਹੀ ਲੜਕੀ ਫਿੱਟ ਕਰਦੀ ਹੈ ਹਰ ਰੋਲ ਨੂੰ ਜ਼ਾਹਿਰ ਹੈ ਬਹੁਤ ਲੋਕ ਕਰ ਸਕਦੇ ਸਨ ਉਹ ਰੋਲ ਜਿਹੜੇ ਲਿਖੇ ਗਏ ਨੇ ਉਹ ਸ਼ਾਹਕਰ ਤੁਸੀਂ ਟਾਈਮ ਹੀ ਤਾਂ ਦਿਓ ਨਾ ਕਿਸੇ ਹੋਰ ਨੂੰ ਵੀ ਦਿਓ
ਕਿਸੇ ਹੋਰ ਨੂੰ ਵੀ ਜਗ੍ਹਾ ਦਿਓ, ਉਸ ਦਿਲ ਚ ਪੈਦਾ ਕਰਨੀ ਚਾਹੀਦੀ ਯਾਰ, ਦਿਲ ਦਿਲ ਵੱਡਾ ਕਰਨਾ ਚਾਹੀਦਾ ਥੋੜਾ ਜਿਹਾ। ਮਤਲਬ ਕਿ ਤੁਸੀਂ ਨੂਰ ਸਾਹਿਬ ਨਾਲ ਸ਼ਿਕਾਇਤ ਕਰ ਲਿਓ? ਤਨ ਮੇਰੀ ਸ਼ਿਕਾਇਤ ਨਹੀਂ ਹੈਗੀ, ਇਹ ਇੱਕ ਇਸਲਾਮ ਕਰ ਰਹੇ ਅਸੀਂ ਆਪਣੀ ਬੈਠ ਕੇ, ਕੋਈ ਨੂਰ ਸਾਹਿਬ ਵਾਸਤੇ ਗੱਲ ਨਹੀਂ, ਇਹ ਸਭ ਉਹਨਾਂ ਲੋਕਾਂ ਵਾਸਤੇ ਜਿਹੜੀ ਫੇਵਰਟਿਜ਼ਮ ਵਿੱਚ ਫਸ ਗਏ। ਲੇਕਿਨ ਨੂਰ ਸਾਹਿਬ ਇਹੀ ਆਏਗੀ ਬਸ, ਉਹ ਚਾਹੇ ਮੈਂ ਹੂੰ ਚਾਹੇ ਕੋਈ ਹੈ, ਚਾਹੇ ਆਪ ਹੋ ਚਾਹੇ ਆਪ ਹੋ ਚਾਹੇ ਕੋਈ ਹੋਰ ਹੈ, ਮਤਲਬ ਬਸ ਮੈਂ ਹੀ ਹਾਂ, ਉਹਨੂੰ ਹੀ ਲੈਣਾ ਵੀ ਕਿਉਂ ਮੈਂ ਨਹੀਂ ਇੱਕ ਚੀਜ਼ ਸੂਟ ਕਰ ਰਹੀ, ਮੈਨੂੰ ਨਹੀਂ ਚਾਹੀਦਾ ਕਰਨਾ। ਲੇਕਿਨ ਬਾਕੀ ਜੋ ਡਾਇਰੈਕਟਰਸ ਥੇ ਨੂਰ ਸਾਹਿਬ ਕੇ ਇਲਾਵਾ, ਉਹ ਉਨਕੇ ਲਈ ਵੀ ਆਪਸ਼ਨ ਤਾਂ ਸਾਇਮਾ ਹੀ ਥੀ, ਕਿਉਂਕਿ ਅਸਲ ਮੇਂ ਮਹਾਰਾਜ ਫਿਲਮ ਜਿਹੜਾ ਸਾਡਾ ਬਾਕਸ ਆਫਿਸ ਹੁੰਦਾ ਹੈ ਨਾ, ਉੱਥੇ ਜਿਹੜਾ ਚੱਲਦਾ ਹੈ ਸਾਹਿਬਾ, ਜ਼ਾਹਿਰ ਉਹਨੂੰ ਲੈਣਗੇ, ਔਰ ਉਹਦੀ ਸ਼ਾਨ ਔਰ ਉਹਦਾ ਸਾਇਮਾ ਦਾ ਹੀ ਬਣਿਆ ਹੋਇਆ ਇੱਕ ਟ੍ਰੈਂਡ। ਆਫਕੋਰਸ ਜੀ, ਆ ਕੇ ਗੱਲ ਕਰਦੇ ਹਾਂ ਜੀ ਹੋਰ ਇੰਡਸਟਰੀ ਦੇ ਬਾਰੇ, ਔਰ ਕੁਝ ਸ਼ਰਾਰਤਾਂ ਨਹੀਂ ਯਾਦ ਤੁਸੀਂ ਕੀਤੀ? ਤੂੰ ਤਾਂ ਢਿੱਲਾ ਹੀ ਹੋ ਗਿਆ ਬਿਲਕੁਲ ਹੀ। ਮੈਂ ਕੀ ਦੌੜ ਲਾਣੀ ਸ਼ੁਰੂ ਕਰ ਦਿੰਦੇ? ਤੇਰੀ ਭੈਣ ਏਡੀ ਫਰੈਸ਼ ਸਵੇਰੇ ਸਵੇਰੇ। ਬ੍ਰੇਕ ਲਓ ਜੀ, ਬ੍ਰੇਕ ਲਓ, ਬ੍ਰੇਕ ਲਓ, ਬ੍ਰੇਕ ਲਓ, ਬ੍ਰੇਕ ਲੈ, ਬ੍ਰੇਕ ਲੈ, ਵਧੀਆ ਲਓ ਜੀ, ਅਨੇਕ ਛੋਟੀ ਜੀ ਬ੍ਰੇਕ ਤੋਂ ਬਾਅਦ ਪਲੀਜ਼ ਲਓ। ਜੀ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਹੱਸਦੇ ਰਹੋ, ਵਸਦੇ ਰਹੋ, ਖਾਂਦੇ ਰਹੋ ਤੇ ਭਾਜੀ ਜਿਉਂਦੇ ਰਹੋ। ਔਰ ਹਮਾਰੇ ਸਾਥ ਹੈ ਮਦੀਆ ਸ਼ਾਹ, ਮੇਰੀ ਜਾਨ ਆ ਮੇਰੇ ਸਾਥ, ਅੱਜ ਸਵੇਰ ਮਜ਼ੇਦਾਰ ਹੋ ਗਈ। ਅੱਛਾ, ਆਪਕੇ ਨਾਮ ਕੇ ਸਾਥ ਪਰੀ ਚਿਹਰਾ ਲਿਖਾ ਜਾਤਾ ਥਾ ਮੇਰਾ। ਹਾਂ, ਪਰੀ ਚਿਹਰਾ। ਲੋ ਜੀ, ਮੈਂ ਬੜੀ ਮੁਸ਼ਕਿਲ ਨਾਲ ਮਦੀਆ ਨੂੰ ਰੋਕਿਆ ਹੋਇਆ, ਵਰਨਾ ਨੇ ਪਤਾ ਨਹੀਂ ਮੇਰੇ ਕਿਹੜੇ ਕਿਹੜੇ ਭਾਂਡੇ ਚੁੱਪ ਕਰ ਜਾਓ, ਬਾਤ ਇਧਰ ਉਧਰ ਲੈ ਜਾਓ ਨਾ, ਸੈਗਮੈਂਟਸ ਕੀ ਤਰਫ ਲੈ ਜਾਤਾ ਕਿ ਨਹੀਂ ਪੁੱਛੋ ਪੁੱਛੋ। ਅਸੀਂ ਆਪਣੇ ਸ਼ੋਅ 'ਚ ਬੈਠੇ ਆ, ਕੋਈ ਘਰ 'ਚ ਨਹੀਂ ਬੈਠੇ, ਲੋਕ ਵੀ ਵੇਖ ਰਹੇ ਨੇ। ਤੇ ਪਤਾ ਤੇ ਤੇਰਾ ਲੱਗੇ ਨਾ, ਤੂੰ ਕਿੰਨਾ ਕਾਬਿਲ ਆਦਮੀ ਸੈਂ, ਉਹਨੇ ਇਹ ਨਹੀਂ ਨਾ ਪਤਾ ਕਿ ਇਤਨੀ ਬੇਤਕੱਲਫੀ ਹੈ। ਇਤਨੀ ਬੇਤਕੱਲਫੀ ਤਾਂ ਠੀਕ ਹੈ, ਮਗਰ ਹਮ ਵੀ ਕੌਣ ਸਾ ਉਹ ਕੋਈ ਲਾਈਨ ਆਪਣੀ ਜੋ ਡਰਾ ਕੀ ਹੋਈ ਹੈ ਉਸੇ ਪਾਰ ਆਰ ਨਹੀਂ ਹੋ ਰਹੇ, ਮਜ਼ੇਦਾਰ ਬਾਤਾਂ ਹੀ ਹੈ ਸਾਰੀ। ਅੱਛਾ, ਇਹ ਮਦੀਆ ਸ਼ਾਹ ਕੋ ਖਾਣੇ ਮੇਂ ਕਿਆ ਪਸੰਦ ਹੈ? ਮੁਝੇ ਖਾਣੇ ਮੇਂ ਦਾਲ ਚਾਵਲ। ਅੱਛਾ, ਹਾਂ ਸਿੰਪਲ ਦਾਲ ਚਾਵਲ ਜਾਂ ਚਾਈਨੀਜ਼ ਖਾਣੇ? ਚਰਬੀ ਕਢਵਾ ਕੇ ਤੁਸੀਂ ਲਈ ਵਰਕਆਊਟ ਕਰੋ, ਤੁਸੀਂ ਨਹੀਂ ਜਾਣਦੇ ਸ਼ੇਪਸ, ਜ਼ਾਹਿਰ ਐਕਸਰਸਾਈਜ਼ ਕਰਦੇ ਹੋ, ਮੈਂ ਵੀ ਜਾਣੀ ਹੈ ਉੱਥੇ ਐਕਸਰਸਾਈਜ਼ ਕਰਨੇ ਆ, ਆਪਣੀ ਬਰਨ ਕਰੋ ਜੋ ਖਾਂਦੇ ਹੋ, ਤੁਸੀਂ ਉਹਨੂੰ ਬਰਨ ਕਰੋ, ਵਾਕ ਕਰੋ, ਟ੍ਰੈਡਮਿਲ ਕਾਰ ਵਿੱਚ ਰੱਖੋ, ਆਫਕੋਰਸ ਅਸੀਂ ਲੋਕ ਇੰਨਾ ਜ਼ਿਆਦਾ ਨਹੀਂ ਬਾਹਰ ਪਾਰਕਾਂ 'ਚ ਜਾ ਸਕਦੇ, ਟ੍ਰੈਡਮਿਲ ਨੇ ਤੁਹਾਡੇ ਕੋਲ, ਉਸਦੇ 'ਤੇ ਐਕਸਰਸਾਈਜ਼ ਕਰੋ, ਕਾਰ ਕਰੋ। ਹਾਂ, ਯੋਗਾ ਵੀ ਬਹੁਤ ਅੱਛੀ ਚੀਜ਼ ਹੈ, ਤੋ ਆਜ ਕਾ ਇਹ ਬਿਊਟੀ ਟਿਪ ਹਮੇ ਮਿਲ ਗਿਆ। ਆਪਕੋ ਬਤਾਤੀ ਚਲੂੰਗੇ, ਮਦੀਆ ਸ਼ਾਹ ਕਾ ਜੋ ਬਿਊਟੀ ਸੀਕਰੇਟ ਹੈ ਉਹ ਇਹ ਹੈ ਕਿ ਜੋ ਆਪ ਖਾਏ ਵੋ ਬਰਨ ਵੀ ਕਰੇ। ਔਰ ਪਾਣੀ ਬਹੁਤ ਜ਼ਰੂਰੀ ਹੈ ਸਾਹਿਬਾ, ਬਹੁਤ ਜ਼ਰੂਰੀ ਹੈ ਪਾਣੀ ਪੀਣਾ, ਬਹੁਤ ਤੁਸੀਂ ਕਮ ਅਜ਼ ਕਮ 18 ਗਲਾਸ ਤੁਹਾਨੂੰ ਅਲਾਊਡ ਨੇ ਪੀਣ ਵਾਸਤੇ, ਮਗਰ ਤੁਸੀਂ 10 ਹੀ ਪੀ ਲਓ ਤੇ ਬੜੀ ਗੱਲ ਹੈ, ਸਕਿਨ ਫ੍ਰੈਸ਼ ਰਹਿੰਦੀ। ਡਾਕਟਰ ਮਦੀਆ ਸ਼ਾਹ, ਔਰ ਅਬ ਹਮ ਚਲਤੇ ਹੈ ਪ੍ਰੋਫੈਸਰ ਰੈਂਬੋ ਕੀ ਤਰਫ। ਜੀ ਜੀ, ਡੈਂਟਲ ਸਰਜਨ ਸਾਹਿਬ ਬੋਲੋ। ਇਹਨਾਂ ਨੇ ਹੱਸਦੇ ਰਹਿਣਾ ਜੀ, ਤੁਸੀਂ ਚਲੋ ਰੈਸਪੀ ਆਫ ਰੈਸਪੀ। ਇਟਾਲੀਅਨ ਸੈਲਡ ਕੋਲਸਲਾ ਬਣਾਉਣ ਲਈ ਸਾਨੂੰ ਜੋ ਨੇ ਬੰਦ ਗੋਭੀ 150 ਗ੍ਰਾਮ, ਮਿਰਚ 100 ਗ੍ਰਾਮ, ਗਾਜਰ 100 ਗ੍ਰਾਮ, ਨਮਕ ਸਵਾਦ ਅਨੁਸਾਰ 1 ਚਮਚ, ਕਰੀਮ 4 ਚਮਚ, ਖੀਰਾ 1, ਟਮਾਟਰ 2, ਲਾਲ ਮਿਰਚ 1/2 ਚਮਚ, ਨਿੰਬੂ 1। ਸਭ ਤੋਂ ਪਹਿਲਾਂ ਬੰਦ ਗੋਭੀ, ਪਿਆਜ਼, ਸ਼ਿਮਲਾ ਮਿਰਚ ਤੇ ਗਾਜਰ ਨੂੰ ਬਰੀਕ ਕੱਟ ਲਓ। ਫਿਰ ਇਸ ਨੂੰ ਕਿਸੇ ਕਟੋਰੀ ਵਿੱਚ ਪਾ ਕੇ ਇਹਨਾਂ ਵਿੱਚ ਪਾਓ ਥੋੜਾ ਜਿਹਾ ਨਮਕ, ਉਸ ਤੋਂ ਬਾਅਦ ਇਸ ਨੂੰ ਮਿਕਸ ਕਰਕੇ 15 ਮਿੰਟ ਲਈ ਰੱਖ ਦਿਓ। ਉਸ ਤੋਂ ਬਾਅਦ ਇਸ ਵਿੱਚ ਪਾਓ ਮਿਊਨਿਸ ਸੌਸ, ਕਰੀਮ, ਕਾਲੀ ਮਿਰਚ ਤੇ ਲਾਲ ਮਿਰਚ ਪਾ ਕੇ ਅੱਛੀ ਤਰ੍ਹਾਂ ਮਿਕਸ ਕਰ ਲਓ ਤੇ ਫਿਰ ਬਾਅਦ ਵਿੱਚ ਇਸ ਤੇ ਨਿੰਬੂ ਨਿਚੋੜੋ। ਨਿੰਬੂ ਨਿਚੋੜਨ ਤੋਂ ਬਾਅਦ ਇਹਨੂੰ ਕਿਸੇ ਪਲੇਟ ਵਿੱਚ ਪਾਓ ਤੇ ਖੀਰਾ ਟਮਾਟਰ ਸਜਾ ਕੇ
ठंडा ठंडा सर्व करो। जी मदिया, अब हमारा सेगमेंट है एक रैपिड फायर राउंड का। जी मेरी जान, तेनु सत खून माफ ने मेरे ठीक है जी रेडी हां। तेनु भी माफ ने मेरी जान, तू ना घबरा, तू इतना डरया से की मैं कित्थे मैं बम चलाता दस। मैं तो रोज बड़ी मेरी इज्जत होंदी है, आज तो मन पता नहीं कल दे शोज लोगी खाते लिखन मेरी जान। क्यों मैं तेनु की गाला कटिया ने नहीं, ये तो ब्रेक में अब पता नहीं क्या क्या कहते रहे हैं आप एक दूसरे को। मैं कहां प्यार ही करते रहे, अपनी बातें ही करते रहे, इतने दिनों बाद मिले वही डिस्कस करते रहे। जी जी अच्छा, रैपिड फायर है, आप रेडी हैं? मैं ऑफ कोर्स बिल्कुल एनर्जेटिक बंदी हूँ, ऑफ कोर्स रेडी रेडी। अगर महफिल में हो और आपको कोई ना पहचाने, ड्रामा करके ऐसे होते हैं ना कुछ ना, अच्छा, मदिया शायद तो होगी अपनी जगह होगी, याद नहीं आ रहा, कई करैक्टर होते हैं ना साढ़ा बचो सब तो बड़ा और करैक्टर भी है मुझे वजीर खारजा कहते हैं, मैं इस मुल्क का वजीर खारजा हूँ और मुझे अहमद शाह महमूद कुरैशी कहते हैं। कहते हैं अच्छा आप कहाँ आते हैं, कहाँ काम किया आपने? अच्छा इस तरह दे सानू भी मिल जाते हैं आर्टिस्टों को भी ऐसे तरह ही हो, अगर कोई ऐसा प्रटेंड करे ना कि मैं नहीं जानता तू कौन है, ऐसा तो कभी हुआ ही नहीं, पहले करने इंज कभी भी नहीं हुआ। अच्छा, अगर इंज हो जाए तो ऐसे दसांगे, ऐसे दसांगे पहले नहीं दसांगे। इन केस ऐसे हो जाए, नहीं मैं तभी कोशिश में आ रही है, तुम ये पूछ रहे हो ना, इन केस ऐसा हो जाए अच्छा तो आप क्या, किस तरह का आपका रिएक्शन होगा, क्या रिएक्ट करेंगी आप? जाकर खुद अपना तारुफ करवाएंगी? कतन नहीं, हो नहीं सकता कि कोई आपको पहचाने ना, ये है। या गुस्से में आ जाएंगी? ये नहीं हो सकता क्योंकि पहचान ही ना। अच्छा, ऐसा नहीं, हमेशा पहचान, हाँ हमेशा पहचान गए। मैं कहनी इतने की बार पहचानते इतना काम किया टीवी वास्ते पता लग जाता है ना कि ड्रामेबाजी देखो वो चीज़ फेस एक्सप्रेशन का काम है। अच्छा यार कहीं देखा है तो, मैं कह रही हूं मैं फिटिंग करना है ऐसा पैर भी तुम्हारे कार रैंपो को नहीं जानते तो फिर वो किसी को भी नहीं समझो जानते। नहीं नहीं कोई बात होता है, ऐसे कॉम्प्लेक्स लोग होते हैं, कॉम्प्लेक्स लोग होते हैं। आपको देखा नहीं, मैं कह रही हूं मैं उस दिन तुम्हारे कार पैर फिटिंग करके गया आपकी नहीं बनती शायदा मिनी, सायमा, नरगिस या मीरा? लो जी इन्हें कोई भी ऐसी नहीं जिद मेरी सब नाल बनती है, कोई भी ऐसी बंदी नहीं जिद नहीं बनती है। जो सब तो ज्यादा किधर नाल बनती है इंज कर लो, सायमा, सायमा कौन, शायदा मिनी, शायदा मिनी सबसे बनती है, नरगिस ज्यादा किधर नाल, ज्यादा शायदा मिनी नाल भी बहुत ज्यादा है और सायमा नाल भी बहुत प्यार है। एक नाल लेना है, एक नाल ए हुन तुसी इम्तिहान च ना पाओ, एक नाल एक नाल ले की गल हुई हुन मेरी सारी तुहानू पता लग गया फ्रेंड्स केड़ी है साथ, एक एक केड़ी है ज्यादा ਜਿਹਦੇ ਨਹੀਂ ਬਣਦੀ ਕੀ ਮਤਲਬ ਕਲੋਜ਼ ਹੁੰਦੀ ਹੈ ਨਾ ਇੱਕ ਜ਼ਿਆਦਾ ਅੱਛਾ ਮੈਂ ਜ਼ਿਆਦਾ ਕਲੋਜ਼ ਜਿਹਦੇ ਨਹੀਂ ਮੈਂ ਜ਼ਿਆਦਾ ਕਲੋਜ਼ ਉਹ ਨਾ ਮੇਰਾ ਮੀਰਾ ਮੀਰਾ ਕੇ ਸਾਥ ਮਗਰ ਦੋਸਤੀ ਬਹੁਤ ਜ਼ਿਆਦਾ ਹੈ ਕਲੋਜ਼ ਕਲੋਜ਼ਨੈਸ ਉਹ ਜੀ ਨਹੀਂ ਹੈਗੀ। ਅੱਛਾ ਜੀ ਤੁਹਾਡੇ ਕੋਲੋਂ ਜੂਨੀਅਰ ਨੇ ਤਿੰਨੋਂ ਬਾਅਦ ਵਿੱਚ ਆਈਆਂ ਨੇ ਔਰ ਸਟਾਰ ਨੇ ਸਾਡੀਆਂ, ਓਕੇ ਇਹਨਾਂ ਨੂੰ ਜ਼ਰਾ ਤਰਤੀਬ ਦਿਓ ਨਾ 1 2 3 ਰੇਸ਼ਮ ਮੀਰਾ ਸਨਾ, ਰੇਸ਼ਮ ਮੀਰਾ ਔਰ ਸਨਾ, ਹਾਂ ਰੇਸ਼ਮ ਮੀਰਾ ਸਨਾ, ਸਨਾ ਸਨਾ ਨੰਬਰ 1, ਰੇਸ਼ਮ ਮੀਰਾ, ਰੇਸ਼ਮ ਨੰਬਰ 2, मीरा, मीरा नंबर 3, ठीक है जी। अगर किसी फिल्म में डायरेक्टर आपको छोटा रोल दे दे और आपकी जो भी को एक्ट्रेस हैं उसको लीडिंग रोल दे दे तो आप क्या करेंगी? आपके ऑप्शंस हैं, खुशी से कर लेंगी, डायरेक्टर की ऐसी की तैसी कर देंगी या रोल चेंज करवा देंगी? मुझे पता है क्या है तुम्हें बता दो, कसम से तुम्हें बता दो, क्योंकि अच्छी बात है कि इतनी ऑब्जर्वेशन एक दोस्तों की कम्युनिकेशन होती है इतनी प्यारी, वो पता था चले कि ये दस की करेंगी ये करेंगी, ठीक है बताएं, बताओ बताएं ना, हाँ बताओ आप बताएं, आप बताएं, हमने हमने ये उंगली रखी हुई है ऐसी की तैसी लुट पड़ी मैं इतनी फिल्में छोड़ दी इसीलिए। अच्छा अगर साढ़े तीन मुंडे ने
ਹਲੇ ਵੀ ਮੁੰਡੇ ਨੇ ਮੁੰਡੇ ਹੀ ਨੇ ਜੀ ਮੈਂ ਮੁੰਡਾ ਤੇ ਉਹ ਵੀ ਚਾਰ ਚਾਰ ਬੱਚਿਆਂ ਦੇ ਪਿਓ ਹੋਏ ਮੁੰਡੇ ਨੇ ਆਦੇ ਲੇਕਿਨ ਮੁੰਡੇ ਹੀ ਨੇ ਨਹੀਂ ਮੁੰਡੇ ਤਾਂ ਮੁੰਡੇ ਹੀ ਹੁੰਦੇ ਨੇ ਇਹਨਾਂ ਦੇ ਵਿਆਹ ਤੁਮ ਤਾਂ ਬਾਕੀ ਮੁੰਡੇ ਹੋ ਸਭ ਕੇ ਬਾਅਦ ਆਏ ਅੱਛਾ ਇਹਨਾਂ ਨੇ ਟਾਈਟਲ ਵੀ ਇਤਨੇ ਮੁੰਡੇ ਕੇ ਕੀ ਨਾ ਮੁੰਡਾ ਵਿਗੜਾ ਜਾਏ ਤੇ ਪਤਾ ਨਹੀਂ ਕਿਆ ਕਿਆ ਵਕਤ ਡਾਲਾ ਹੁੰਦਾ ਤਾਂ ਮੁੰਡਾ ਤੇਰਾ ਦੀਵਾਨਾ ਹਾਂ ਮੁੰਡਾ ਤੇਰਾ ਦੀਵਾਨਾ ਫਿਰ ਸ਼ਰਾਰਤੀ ਨੂਰ ਸਾਹਿਬ ਦੀ ਵੀ ਟਾਈਟਲ ਇਸ ਨੇ ਕੀਤੀ ਮੁੰਡਾ ਸ਼ਰਾਰਤੀ ਤਾਂ ਮੁੰਡਾ ਸ਼ਰਾਰਤੀ ਮੇਰੇ ਸਾਥ ਹੈ ਅੱਛਾ ਇਹਨਾਂ ਤਿੰਨਾਂ ਮੁੰਡਿਆਂ ਦੀ ਸ਼ਾਦੀ ਅਗਰ ਨਾ ਹੋਈ ਹੁੰਦੀ ਅੱਛਾ ਤੇ ਇਹਦੇ ਜੋ ਆਫਰ ਆਉਂਦੀ ਸ਼ਾਦੀ ਦੀ ਤਾਂ ਕਿਤੇ ਨਾਲ ਕਬੂਲ ਲੈਂਦੇ ਮੁਹੰਮਦ ਰਾਣਾ ਸਾਊਦ ਬਾਬਰ ਅਲੀ ਇਸ ਵੇਲੇ ਤੇ ਤਿੰਨੋਂ ਸ਼ਾਦੀ ਸ਼ੁਦਾ ਨੇ ਨਹੀਂ ਉਹ ਸ਼ਾਦੀ ਸ਼ੁਦਾ ਨਾ ਵੀ ਹੁੰਦੇ ਨਾ ਸਮਝੋ ਨਾ ਹੁੰਦੇ ਤੇ ਮੈਂ ਫੇਰ ਵੀ ਨਹੀਂ ਸੀ ਕਰਦੀ ਨਹੀਂ ਆ ਕਿਉਂ ਨਾ ਕਰਦੇ ਮੈਂ ਇੱਕ ਸ਼ੋਬਿਸ ਸ਼ਾਦੀ ਕਰਨੀ ਨਹੀਂ ਸੀ ਵਜ੍ਹਾ ਮੇਰੀ ਮਰਜ਼ੀ ਅੱਛਾ ਅਗਰ ਇਹ ਸਭ ਸ਼ੋਬਿਸ ਮੇਂ ਨਾ ਹੋਤੇ ਚਲੋ ਚਲੋ ਨਹੀਂ ਨਹੀਂ ਇਹ ਗੱਲ ਨਹੀਂ ਕਿ ਇਹ ਮਦਿਆ ਇਹਨਾਂ ਜੋ ਕਿਸੇ ਇੱਕ ਨਾਲ ਕਰਨੀ ਹੈ ਇਹ ਵੀ ਆਪਸ਼ਨਸ ਆ ਆਪਕੇ ਔਰ ਆਪ ਕਹੀਂ ਨਹੀਂ ਜਾ ਸਕਤੀ ਕੁਝ ਮੇਰੀ ਜਾਨ ਸਰ ਦੁਨੀਆ ਰੈਂਬੋ ਨਹੀਂ ਹੈਗੀ ਹਾਏ ਇਹ ਕਿੰਨੀ ਵੱਡੀ ਗੱਲ ਹੈ ਦੇਖ ਕਿ ਜਿਹੜੀ ਸਿਫਤ ਹੈ ਜਿਹੜੀ ਅਛਾਈ ਹੈ ਮੂੰਹ ਤੇ ਕਹਿਣੀ ਚਾਹੀਦੀ ਹੈ ਹਰ ਇਨਸਾਨ ਰੈਂਬੋ ਨਹੀਂ ਹੈਗਾ ਅੱਛਾ ਉਹ ਜੋ ਸਾਰੇ ਮਜ਼ਾਕ ਕਰ ਰਹੇ ਥੇ ਉਹ ਸਿਰਫ ਮਜ਼ਾਕ ਹੀ ਹੈ ਉਹ ਸਿਰਫ ਮਜ਼ਾਕ ਹੈ ਉਹ ਤੇ ਛੇੜ ਛੇੜ ਟੈਟ ਹੈ ਛੇੜਖਾਨਾ ਹੈ ਇਹ ਮੈਂ ਜਾ ਕੇ ਆਖਰ ਤੇ ਦੱਸਣਾ ਸੀ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਉਹ ਲੋਕਾਂ ਨੂੰ ਕਹਿਣਾ ਸੀ ਸਾਰਾ ਮਜ਼ਾਕ ਸੀ ਅੱਛਾ ਤੇ ਸ਼ੋ ਵਿਜ਼ਿਟ ਐਨਐਚ ਨਹੀਂ ਕਰਨੀ ਸੀ ਅਗਰ ਆਫਰ ਵੀ ਆਂਦੀ ਤੇ ਨਹੀਂ 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 ਕਦੀ ਵੀ ਨਹੀਂ ਕਿਹੜਾ ਸ਼ਕੂਰ ਹੈ ਜਿਹੜਾ ਬਾਹਰ ਵੀ ਬੈਠੇ ਬਸ ਉਹ ਅੱਛੇ ਨੇ ਅੱਛਾ ਅੱਛੇ ਨੇ ਉਹ ਅੱਛੇ ਜੀ ਜੀ ਅੱਛਾ ਚਲੋ ਠੀਕ ਹੈ ਅਬ ਇੱਕ ਹੋਰ ਸਵਾਲ ਜੀ ਅਗਰ ਆਪਕੋ ਕੋਈ ਪੋਲਿਟਿਕਸ ਮੇਂ ਸੇ ਕਿਸੀ ਕੋ ਹੀਰੋ ਲੈਣਾ ਹੋ ਆਪਣੀ ਫਿਲਮ ਮੇਂ ਤੋ ਆਪ ਕਿਸ ਕੋ ਲੇਂਗੇ ਆਪਕੇ ਆਪਸ਼ਨਸ ਦੇ ਰਹੀ ਹੂੰ ਠੀਕ ਹੈ ਇਮਰਾਨ ਖਾਨ ਰਹਿਮਾਨ ਮਲਿਕ ਪਰਵੇਜ਼ ਇਲਾਹੀ ਜਾਂ ਸ਼ੇਖ ਰਸ਼ੀਦ ਆਏ ਐਡੇ ਬੁੱਢੇ ਹੀਰੋ ਚੁਗਤੀਆਂ ਦੇ ਵੇਲੇ ਦੇ ਜਦੋਂ ਜੰਮੇ ਹੀ ਨਹੀਂ ਸਾ ਕਰੈਕਟਰ ਨਹੀਂ ਇਹ ਤੇ ਨਾਨਾ ਨੂੰ ਰਹਿ ਸਕਣੀ ਆ ਸਟੋਰੀ ਐਸੀ ਹੋ ਨਾ ਮੈਨੂੰ ਮਾਫ ਕਰ ਦੇ ਮੇਰੀ ਭੈਣ ਨਹੀਂ ਮੈਂ ਸਟੋਰੀ ਚ ਹਾਂ ਹੀਰੋਇਨ ਦਾ ਪਿਓ ਜਾਂ ਹੀਰੋ ਦਾ ਪਿਓ ਨਹੀਂ ਇਹਨਾਂ ਨੂੰ ਤਾਂ ਕਾਸਟ ਕਰ ਸਕਦੇ ਨਹੀਂ ਟਾਈਟਲ ਰੋਲ ਟਾਈਟਲ ਰੋਲ ਹੈ ਜੈਸੇ ਉਹ ਟਾਈਟਲ ਰੋਲ ਟਾਈਟਲ ਰੋਲ ਕਿਵੇਂ ਬਣ ਸਕਦਾ ਇਹਨਾਂ ਦੇ ਕਿਉਂ ਨਹੀਂ ਬਣ ਸਕਦਾ ਸ਼ੇਖ ਰਸ਼ੀਦ ਕੀ ਹੈ ਸਿਗਾਰ ਮੇ ਹਾਰ ਕੀ ਬਣਾਉਂਗਾ ਸਿਗਾਰ ਮੇ ਹਾਰ ਫਿਰ ਫਰੇਜ਼ ਲਾਹੀ ਅੱਲਾ ਨੂੰ ਲਾਹੀ ਅੱਛਾ ਚਲੇ ਠੀਕ ਮਫਾਦੇ ਲਾਹੀ ਕੀ ਬਣਾਵਾਂ ਯਾਨੀ ਕਿ ਹਾਂ ਇਹਦੇ 'ਚ ਇਮਰਾਨ ਖਾਨ ਹੀਗਾ ਜਿਹੜਾ ਹੁਣ ਤੱਕ ਆਪਣੇ ਆਪ ਨੂੰ ਰਣਬੀਰ ਕਪੂਰ ਸਮਝਦਾ ਹੈ ਦੇਖੋ ਬਾਕੀ ਉਹਦੇ ਕੰਮ ਅੱਛੇ ਜਿਹੜਾ ਨੋਬਲ ਕੋਜ਼ ਕਰ ਰਿਹਾ ਹੈ ਲੋਕਾਂ ਲਈ ਫਲੱਡ ਲਈ ਕੰਮ ਕੀਤਾ ਉਹਨੇ ਅਰਥਕੁਇਕ ਹੋਇਆ ਤੇ ਕੰਮ ਕੀਤਾ ਉਹਨੇ ਕਾਫੀ ਅੱਛੇ ਕੰਮ ਕੀਤੇ ਨੇ ਮਗਰ ਇੱਕ ਬੜਾ ਵੱਡਾ ਗੈਪ ਹੈ ਇੱਕ ਸ਼ੌਕਤ ਖਾਨਮ ਤੋਂ ਲੈ ਕੇ ਤੇ ਇੱਕ ਜਿਹੜਾ ਹੈ ਕੁਰਸੀ ਦੇ ਇਕਤਦਾਰ ਤੇ ਬੈਠਣਾ ਬਹੁਤ ਮੁਸ਼ਕਿਲ ਚੀਜ਼ ਹੈ ਔਰ ਇਮਰਾਨ ਖਾਨ ਸਾਹਿਬ ਬਾਕੀ ਸਾਰੇ ਕੰਮ ਅੱਛੇ ਕਰ ਸਕਦੇ ਨੇ ਬਸ ਉਹ ਜਿਹੜਾ ਹੀਰੋਇਜ਼ਮ ਜਿਹੜਾ ਸਿਆਸਤ ਕਿਤੇ ਵੋਟ ਹੁੰਦੇ ਨੇ ਤਾਂ ਪਤਾ ਲੱਗਦਾ ਜਿਹੜਾ ਕਰਦਾ ਬਵਰਚੀ ਉਹਨੇ ਇੱਕ ਵੋਟ ਪਾਇਆ ਕਿ ਆਦਤ ਹੀ ਨਹੀਂ ਹੈਗੀ ਪਤਾ ਹੀ ਨਹੀਂ ਹੈਗਾ ਯਾਨੀ ਕਿ ਨੋਬਲ ਲੋਕ ਟਰਸਟ ਕਰਦੇ ਨੇ ਬਹੁਤ ਔਰ ਜ਼ਾਹਿਰ ਉਹ ਹੀਰੋ ਹੈ ਨੇਸ਼ਨ ਉਹ ਪੂਰੀ ਨੇਸ਼ਨ ਦਾ ਹੀਰੋ ਹੈ ਔਰ ਪੂਰੇ ਲੋਕ ਨੂੰ ਪਸੰਦ ਕਰਦੇ ਨੇ ਮਗਰ ਪੋਲਿਟਿਕਸ ਉਹਦੇ ਵਰਸ ਦਾ ਕੰਮ ਨਹੀਂ ਹੈ ਅਸੀਂ ਕਿਉਂਕਿ ਅੰਦਰ ਹਲੇ ਵੀ ਰਣਬੀਰ ਕਪੂਰ ਕਿਤੇ ਮਰੇ ਹੈ ਅਸੀਂ ਅੰਦਰੋਂ ਜਾ ਹੀ ਨਹੀਂ ਰਿਹਾ ਹੀਰੋ ਅਕੜੇ ਹੈ ਉਹ ਨਹੀਂ ਜਾਣਾ ਖੁਦਾ ਕੀ ਬਸਤੀ ਰਹਿਮਾਨ ਮਲਿਕ ਤੂੰ ਚੱਲ ਮੇਰੇ ਵਾਲ ਖਰਾਬ ਨੇ ਪਰਵੇਜ਼ ਇਲਾਹੀ ਮੈਨੂੰ ਇਨਸੁਲਿਨ ਦਾ ਟੀਕਾ ਦੇ ਦਿਓ ਸ਼ੇਖ ਰਸ਼ੀਦ ਮੈਂ ਪੂਰੀ ਜ਼ਿੰਦਗੀ ਇੱਥੋਂ ਚੀਰ ਕੱਢਣਾ ਬਸ ਅੱਛਾ ਜੀ ਹੁਣ ਮਰਦੇ ਵੀ ਆਪਣੇ ਆਪ ਨੂੰ ਜਵਾਨ ਸਮਝਣਾ ਐਂਡ ਤੱਕ ਅੱਛਾ ਇੱਕ ਹੋਰ ਨਾਮ ਹੈ ਹੋਰ ਲਵੋ ਯਾਰ ਬੜਾ ਮਜ਼ਾ ਆ ਰਿਹਾ ਨਵਾਜ਼ ਸ਼ਰੀਫ ਸਾਹਿਬ ਦੀ ਪਰਸਨੈਲਿਟੀ ਜਿਹੜੀ ਹੈ ਨਾ ਫਿਰ ਵੀ ਡਿਸਸੈਂਸੀਬਲ ਚਲੀ ਜਾਂਦੀ ਹੈ ਥੋੜ੍ਹਾ ਜਿਹਾ ਹੋਰ ਕੋਈ ਮਾਹੌਲ ਕ੍ਰੀਏਟ ਕਰ ਦਿੰਦੀ ਹੈ ਉਹਨਾਂ ਦਾ ਥੋੜ੍ਹਾ ਕੁਛ ਹੋ ਰਿਹਾ ਜੋ ਟੀਵੀ 'ਤੇ ਦਿਖਾਉਂਦਾ ਮੀਡੀਆ ਅੱਛਾ ਉਹ ਵਾਲ ਹੀ ਚਾਰ ਲਵਾ ਲੈਣ ਕਦੀ ਇੱਧਰ ਅਤੇ ਕਦੀ ਇੱਧਰ ਉਹੀ ਕਾਫੀ ਹੁੰਦਾ ਅੱਛਾ ਜਨਾਬ ਰੀਮਾ ਜਾਂ ਸਾਇਮਾ ਇਮਾਨਦਾਰੀ ਨਾਲ ਇਨਸਾਫ ਹੈ ਮੇਰੇ ਆਸੂ ਦੇਖੋ
अच्छा अब कुछ नाम है जी, आपने एक लफ्ज में उनकी जैसे आपने अभी तारीफ की है ना बहुत बड़ी मजा आया लेकिन अच्छा इनकी एक दो लफ्जों में अच्छी अच्छी तारीफ करें या बताएं कि इन पर्सनैलिटीज को देख के आपके दिल में क्या ख्याल आता है। सैयद नूर साहब तारीफ करनी है, हाँ जी, ही इज अ लेजेंड डायरेक्टर। साइमा शी इज अ वेरी गुड एक्ट्रेस। अच्छा जी अब टीवी की तरफ आ जाएं, फैसल कुरैशी हमारा दोस्त, हमारा साथी, हमारा बेली, ऑलवेज गुड। अच्छा यावर हयात साहब इंस्टीट्यूट ऑफ पाकिस्तान। आयशा सना माय बेस्ट बडी एंड ऑलवेज गुड होस्ट। गुड, क्या अच्छी बंदी है, क्या अच्छी होस्ट है, क्या प्यारी इंसान है, हम सबकी फेवरेट है वो। हाँ हाँ सब गुड, इसके लिए तो जितना के थोड़ा है जी। मैडम संगीता शी इज नाइस पर्सनैलिटी, बहुत प्यारी इंसान है और बड़ी अच्छी डायरेक्टर। हुमायूं सईद ही इज गुड बड़ी, अच्छा दोस्त है हमारा। अच्छा जी कश्माला तारिक, हाय फिल्मी हीरोइना, हम क्या हैं जो वो हैं, अल्लाह माफ कर दे तौबा, मैं तो लगता हूं ए यानी है फिल्म इंडस्ट्री असि फारे नहीं टीवी ते उन्होंने कब्जा। अच्छा तो कोई टाइटल तो दे ना इनको, नहीं टीवी ते तो कब्जा हो गया कश्माला तारिक। हां हां कातिल हसीना। शेरी रहमान मेरा मेकअप कहां है, मेरा मेकअप दो नाम आप बताएं जरा। अच्छा नहीं बस इधर आओ। अच्छा जनाब अपना रीमा डायरेक्टर या एक्ट्रेस अच्छी है? हाँ। हाँ जी, दो एक नाम। अभी एज एन डायरेक्टर कोई एडी कोई फिल्मा नहीं उन्हें बनाई, एक फिल्म बनाई है कोई तुझसा का और अच्छी गई होती फिल्म। मैं कहना ना कि पहली इना इंपॉर्टेंट नहीं, जरा सेकंड इनिंग ज्यादा, अल्लाह करे वो फिल्म दूसरी जड़ी आ रही है बहुत कामयाबी हासिल करे और उन्होंने बहुत नाम मिले कामयाब हुए और फिर असी कह सके कि हाँ रीमा एज एन डायरेक्टर भी बहुत अच्छी है। एक्ट्रेस जो जी है सबनों पता है, मेरे ख्याल में एक्ट्रेस तो ज्यादा वह डांस पसंद सी हमेशा। अच्छा अच्छा सवाल होना चाहिए सी एक्टर डांसर अच्छी। अच्छा सऊद या बाबर अली, इतने ना कहना कि दोनों अच्छे दोस्त ने एक नाम। नहीं नहीं मेरे ख्याल नाल बाबर अली या सऊद आर्टिस्ट अच्छा जो दोवे लड़ पाएंगे। हां जी इतने एक नाम है ते देव ते मेरे लिए सारे मुश्किल सवाल खड़े किए। अच्छा मदिया शाह को भी थोड़ी सी मुश्किल में डाल। हाँ मुझे तो डाला हुआ, मैं तो निकल भी रही हूँ, मेरे दो में आंसू निकल रहे हैं। मेरे ख्याल से बाबर बहुत रिफाइन आर्टिस्ट है। बाबर अली बहुत रिफाइन आर्टिस्ट है और सऊद भी कम नहीं है, मगर पता नहीं मुझे बाबर अली की एक्टिंग में या मैनू अपने तौर पर लगता है कि बाबर अली दे विच ज़्यादा गट्स ने शायद, मैं भी बाकी लोगों की इतफाक हुए कि नहीं, हालांकि सऊद साढ़ा ज़्यादा प्यारा दोस्त। हूँ अगर मैं कहूँ बाबर अली इंसान अच्छा है या एक्टर ज्यादा अच्छा है? एक्टर ज्यादा अच्छा है। इंसान साउथ बहुत अच्छा है। इंसान साउथ साउथ बहुत अच्छा है, नो डाउट। बाबर अली एक्टर बहुत अच्छा है। और जी मदिया शाह के लिए तालियां। इन्होंने बहुत अच्छा रैपिड फायर खेला। कौन है जी एक्ट ऑफ द डे? एक्ट ऑफ द डे मदिया शाह, मलका जज्बात साडे, एक मलका जज्बात साडे मैडम बहार नु किया जांदा सी। हां उस तो बाद मदिया शाह नु किया गया जी ए टाइटल मलका जज्बात। ਪਰ ਐਸਾ ਤਾਂ ਮੈਂ ਕੋਈ ਜਜ਼ਬਾਤ ਵਖਾਉਂਦੇ ਮੂਡ 'ਚ ਨਹੀਂ ਨਹੀਂ ਐਕਟ ਕਰਨਾ ਹੈ ਪਤਾ ਲੱਗੇ ਮਤਲਬ ਕੀ ਜੋ ਮਰਜ਼ੀ ਦਿਲ ਕਰੇ ਹੁਣੇ ਐਕਟ ਨਹੀਂ ਕੀਤਾ ਨਹੀਂ ਪਹਿਲੇ ਅਸੀਂ ਜਾਣੇ ਆ ਜੀ ਐਕਟ ਆਫ ਦਾ ਡੇ ਜੀ ਜਨਾਬ ਐਕਟ ਆਫ ਦਾ ਡੇ ਮਨੀਆ ਸ਼ਾ ਮਲਕਾ ਹੈ ਜਜ਼ਬਾਤ ਤੇ ਕੀ ਕਰਾਂ ਹੁਣ ਮੈਂ ਜੋ ਦਿਲ ਕਰਦਾ ਕੀ ਕੋਈ ਡਾਇਲੋਗ ਪਿੱਛੇ ਥੋੜੀ ਕੀਤੀ ਮੇਰੇ ਨਾਲ मजाजन और फर्स्ट एंट्री होंगी साइमा दी और फर्स्ट टाइम जाहिर शोहर होंगे सैयदजादा शान और सैयदानी है बीवी है और फर्स्ट टाइम ਉਹਦੀ ਲਵਰ ਨੂੰ ਉਹਦੇ ਘਰ ਆ ਰਹੀ ਔਰ ਮੁਰਾਸਲ ਔਰ ਉਹਨੂੰ ਪਤਾ ਚੱਲ ਗਿਆ ਔਰ ਉਹਨੂੰ ਪਤਾ ਚੱਲ ਗਿਆ ਪਤਾ ਚੱਲ ਗਿਆ ਕਹਿੰਦੀ ਦੱਸ ਬਈ ਕਿ ਤੂੰ ਮੇਰੇ ਸ਼ਾਹ ਨੂੰ ਪਿਆਰ ਕਰਨੀ ਹੈ ਕਹਿੰਦੀ ਨਹੀਂ ਨਹੀਂ ਸ਼ਾਣੇ ਜੀ ਮੇਰੇ ਤੇ ਸ਼ੱਕ ਨਾ ਕਰਨਾ ਕਹਿੰਦੀ ਨਹੀਂ ਚੱਲ ਨਹੀਂ ਚੱਲ ਮੈਂ ਤੇਰੇ ਤੇ ਸ਼ੱਕ ਨਹੀਂ ਹਕੀਕਤ ਸਮਝ ਕੇ ਤੇਰੇ ਨਾਲ ਉਹ ਕਰਾਂਗੀ ਜਿਹੜਾ ਕਦੇ ਤੂੰ ਸੋਚਿਆ ਵੀ ਨਹੀਂ ਹੋਏਗਾ ਤੇ ਕਹਿੰਦੀ ਹੈ ਕਿ ਅਗਰ ਮੇਰੇ ਪਰੋਂ ਤੁਹਾਨੂੰ ਕੋਈ ਤਕਲੀਫ ਹੋਈ ਹੋਵੇ ਤੇ ਮੈਂ ਮਾਜ਼ਰਤ ਚਾਹਨੀ ਹੈ ਕਹਿੰਦੀ ਹੈ ਮੇਰੇ ਤੋਂ ਸੋਹਣੀ ਮੇਰੇ ਤੋਂ ਉੱਚੀ ਮੇਰੇ ਤੋਂ ਵੱਡੀ ਕੋਈ ਹੋਵੇਗੀ ਤਾਂ ਸ਼ਾਦੀ ਜ਼ਿੰਦਗੀ ਚਾਹੇਗੀ ਜੇ ਸ਼ਾਦੀ ਜ਼ਿੰਦਗੀ ਚਾਹੇਗੀ ਤਾਂ ਮੈਂ ਉਹਦੀ ਹਸਤੀ ਮਿਟਾ ਦਿਆਂਗੀ
जज्बात नहीं है ਮੈਂ ਕਹਿੰਦਾ ਰੋਣਾ ਮੈਂ ਕਹਿੰਦਾ ਰੋਣਾ ਹੀ ਤੇ ਮੈਨੂੰ ਛੁਰੀ ਛੁਰੀ ਮਾਰਦੇ ਪਰ ਉਹ ਨਹੀਂ ਨਹੀਂ ਲੈ ਨਹੀਂ ਉਹ ਰੋ ਰਹੀ ਹੈ ਨਾ ਆਸੂ ਤਾਂ ਨਿਕਲ ਰਹੇ ਐ ਮੇਰੇ ਦੋ ਆਸੂ ਨਿਕਲ ਰਹੇ ਜੀ ਜੀ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਬਾਅਦ ਸਟੇ ਵਿਦ ਅਸ ਹਾਂਜੀ खुशियां चारो पास पहले मैं ये पूछना चाह रही थी आज सुना आप किसी वर्ल्ड टूर टूर से मैं जून से गई हुई थी वर्ल्ड टूर पे अपनी फैमिली के साथ सारा वर्ल्ड टूर करके आई हूँ अल्हम्दुलिल्लाह तीसरी दफा अच्छा पूरी फैमिली फुल जशन होए ने फुल जशन फैशन मशन बारबेक्यू ते बारबेक्यू ते बस कुछ ना पूछ रैंबो बहुत मजा आया इस्तांबुल ते कुछ ना बोल हां कुछ ना बोल मेरी पैन सी लंदन तू और जाहिर है मेरा प्राय एक अमेरिका होता है वो असि सारे ने मिलके वर्ल्ड टूर की तर बड़ा मजा आया अमीन बड़ा एंजॉय करा अच्छा जी पूरा यूरोप पूरा अमेरिका पूरा लंदन सबसे ज्यादा किस कंट्री में एंजॉय किया यूके वफादार तेरा की करूं ना पता लगे मेरे एडी बड़ी दीवार के सामने जाएगा तो फिर मैंने कहा इनको पाकिस्तान में ही वफादार मिल गई है जर्मनी जाने की क्या जरूरत ऐसी तो शक्लों को तरसते हैं वो नहीं मैं मिसाल दी गल की थी मैं तेरे कोल पूरी दुनिया बैठी है बस चुप कर जा गल भी नहीं करनी चाहिए भाई वो तो गल करो नहीं नहीं पूछो पूछो कुछ नहीं रोम बड़ा प्यार है सुना रोम तुसी जरूर जा रोम बड़ा इटालियन ब्यूटी जो इटालियन ब्यूटी ऑफ कोर्स बहुत लंबे हाँ मगर प्यारे लगते हैं यार कशिश उन्हें और जो रोम के लोग ने उन्होंने बड़ी कशिश बहुत खूबसूरत लोग ने एक होंगे गोरा खाली गोरा रंग एक होंगे अट्रैक्शन वो अट्रैक्शन वाले लोग इटालियन लोग हों स्पैनिश हों गंदे में जे लोग और अमेरिका इतनी नहीं दूर है लगता दुनिया से दूरी दूसरी दुनिया से निकल गए अच्छा थिएटर भी नहीं हो रहा टीवी बहुत कट हो रहा है नहीं टीवी तो मैं कर रही हूँ फिल्म बंद पिया ने टीवी पे क्या मदिया शाह किस चीज का इंतजार है जे कदों की करना है मदिया शाह नु बहुत टॉक शोज ऑफर ने मदिया शाह नु तीन चार सीरियल्स बहुत बड़ी अच्छी ऑफर्स ने मैं कर रही हूं मदिया शाह जेडी अपना जेड़ा है खोल रही है प्रोडक्शन हाउस ओदे लिए काम करेगी अच्छा फिल्म बनेगी ना मैं ही पूछ रही हूं मैं टेलीफिल्म बनावांगी मैं फिल्म तो ज्यादा इंटरेस्ट है मेरा टीवी क्योंकि मेरा शुरू तो पैशन है टीवी का टीवी वास्ते काम बहुत करना है टीवी वक्त टीवी कर रही हूं टीवी का टाइम आ गया जेड़ी चीज का वक्त हो उठे काम करो अच्छा पहले ही तो ही वो अच्छा एक और बात जी मेरी जान सारे करोड़ सवाल अटेंटिव हो जाएं कि मदिया शाह का आइडियल और शादी क्या वजह है कि अभी तक मदिया शाह ने शादी नहीं की मदिया शाह ने शादी अभी तक क्यों नहीं की असल में मदिया शाह वेट कर रही है उस बंदे का जो उसके मेंटल लेवल का हो कितों आएगा वो आते ही नहीं लबने नहीं पैंदे हथी ने बेचारे उन्होंने जरा छानना पैंदा जरा ठीक करना पैंदा शायद किसी की मरम्मत हो रही होवे लेकिन मदिया मेंटल लेवल तो किसी के साथ नहीं मिलता आपको या नीचे खींचना पड़ता है या खुद ऊपर आना पड़ता है या फिर उधर दिमाग फाड़ के देख लो कि पता है कि मैं मजेदार गल दसा साहिबा बड़ी मजेदार गल है असि जिहड़ी आर्टिस्ट लोग है ना मैं रीमा जी हले तक शादी नहीं हुई सब लोग समझते हैं जी असं हले नहीं शादी करना चाहते या पता नहीं की वजह है क्योंकि शोबिज़ की औरत में जो मसाइल ने ना वो किसी और औरत नहीं
ਸਾਡੇ ਕੋਲ ਤਾਂ ਪਹਿਲੇ ਇਹੀ ਸਾਡੇ 'ਤੇ ਸ਼ੱਕ ਨਹੀਂ ਜਾਂਦਾ ਜੀ ਇੰਡਸਟਰੀ 'ਚ ਕੰਮ ਕੀਤਾ ਅਤੇ ਇਹ ਕੀਤਾ ਉਹ ਕੀਤਾ ਅਸੀਂ ਪਤਾ ਨਹੀਂ ਕੀ ਪਤਾ ਕਰ ਲਿੱਤਾ ਪਰ ਅਸੀਂ ਪਤਾ ਨਹੀਂ ਕੀ ਦੁਨੀਆ ਵੇਖ ਲਈ ਆਪ ਲੋਕ ਤੋਂ ਲੱਕੀ ਹੋ ਨਾ ਇਕੱਠੇ ਕੰਮ ਕੀਤਾ ਇਕੱਠੀ ਪਸੰਦ ਹੋਈ ਇਕੱਠੇ ਹੋ ਗਏ ਉਹਨੂੰ ਜਿਹੜੇ ਜਤਨ ਕਰਨੇ ਪੈਣ ਉਹ ਜਾਂਦਾ ਇਸੇ ਤਰ੍ਹਾਂ ਔਫਕੋਰਸ ਜ਼ਾਹਿਰ ਹੈ ਇੱਕ ਮਾਂ ਨੂੰ ਡਰ ਲੱਗਦਾ ਆਪਣੀ ਬੇਟੀ ਵਾਸਤੇ ਔਰ ਉਹਦੇ ਰਿਸ਼ਤੇ ਵਾਸਤੇ ਵੀ ਇਸ ਤਰ੍ਹਾਂ ਮੇਰੇ ਨਾਲ ਵੀ ਹੈ ਸੇਮ ਟੂ ਸੇਮ ਜ਼ਾਹਿਰ ਹੈ ਫੈਮਿਲੀ ਵੀ ਡਰਦੀ ਯਾਰ ਫਲਾਣੀ ਜਗ੍ਹਾ 'ਤੇ ਨਾ ਕਰ ਦਈਏ ਫਲਾਣੇ ਨਾ ਹੋ ਜਾਏ ਕੁਛ ਮਸਲਾ ਨਾ ਮਿਸਐਪ ਹੋ ਜਾਏ ਇਸ ਵਜ੍ਹਾ ਨਾਲ ਵਰਨਾ ਅਦਰਵਾਈਜ਼ ਮਤਲਬ ਇਹ ਡਰ ਲੱਗਦਾ ਕਿ ਉਹ ਲੋਕ ਗੱਲਾਂ ਕਰਦੇ ਨੇ ਜ਼ਿਆਦਾ ਬਾਹਰ ਦੇ ਹਾਂ ਬਾਹਰ ਦੇ ਲੋਕ ਆਫਕੋਰਸ ਕਿ ਜ਼ਾਹਿਰ ਸਾਰੇ ਨਹੀਂ ਕਰਦੇ ਨੇ ਉਹ ਤਾਂ ਹੁਣ ਕਿਸੇ ਨੂੰ ਬਖਸ਼ਦਾ ਕੋਈ ਕੋਈ ਨਹੀਂ ਪਰ ਹਾਲੇ ਐਵੇਂ ਕਿ ਜਿਹੜਾ ਮੇਰਾ ਸਾਥੀ ਮੈਂ ਚੰਗੀ ਲਾਈਵਲੀ ਹੋਏ ਮੇਰੇ ਵਰਗਾ ਖੁਸ਼ ਮਿਜ਼ਾਜ ਹੱਸਦਾ ਖੇਲਦਾ ਜਿਹੜਾ ਸਾਰੇ 'ਚ ਬੈਠ ਕੇ ਖੁਸ਼ ਰਹੇ ਲੇਕਿਨ ਇੱਕ ਜੈਲਸੀ ਵਾਲੇ ਲੋਕ ਮੈਨੂੰ ਨਸਣੀ ਹੈ ਆਈਡੀਅਲ ਖੁਸ਼ ਮਿਜ਼ਾਜ ਖੂਬਸੂਰਤ ਪਰਸਨੈਲਿਟੀ ਖੂਬਸੂਰਤੀ ਨਾਲ ਮੈਨੂੰ ਵੈਸੇ ਹੀ ਬੜਾ ਪਿਆਰ ਹੈ ਔਰ ਇਸ ਤੋਂ ਇਲਾਵਾ ਔਰ ਉਹਦੇ 'ਚ ਸਭ ਖੂਬੀਆਂ ਹੋਣ ਕੱਦ ਕਿੰਨਾ ਹੋਏ ਸ਼ਾਇਦ ਕੋਈ ਬੈਠਿਆ ਹੋਵੇ ਮੈਂ ਤਾਂ ਕਲਵਾ ਰਿਹਾ ਕਿ ਉਹ ਆਪਣਾ ਕੱਦ ਨਾ ਪੇ ਮਤਲਬ ਆਲਮ ਚੰਨੇ ਜਿੰਨਾ ਨਾ ਹੋਵੇ ਕੱਦ ਹੋਣਾ ਰਾਬਤਾ ਕਰੇਗੀ ਜੀ ਮੇਰੀ ਜਨ ਅੱਛਾ ਹੋ ਪਿਆਰਾ ਹੋ ਡਿਸੈਂਟ ਹੋ ਜੋ ਮੈਂ ਲਗੇ ਬੈਠਾ ਵਾ ਕਿ ਉਹ ਮਦੀਆ ਸ਼ਾ ਦਾ ਹਸਬੈਂਡ ਹੈ ਮੈਂ ਉਸ ਕੀ ਬਲਕਿ ਮੈਂ ਨਾ ਮੇਰਾ ਉਹ ਹਸਬੈਂਡ ਨਾ ਲਗੇ ਲੋਕ ਇਹ ਨਾ ਕਿ ਮਦੀਆ ਸ਼ਾ ਦਾ ਮੀਆਂ ਜਾ ਰਿਹਾ ਬਲਕਿ ਲੋਕ ਉਸ ਨੂੰ ਕਿ ਉਸ ਕੀ ਬੇਗਮ ਮਦੀਆ ਸ਼ਾ ਹੈ ਅੱਛਾ ਐਸੀ ਪਰਸਨੈਲਿਟੀ ਹੋਣੀ ਚਾਹੀਦੀ ਕੰਮ ਕੀ ਕਰਦਾ ਹੋਵੇ ਹਾਈ ਪ੍ਰੋਫਾਈਲ ਕੰਮ ਕਰਤਾ ਹੋ ਜ਼ਾਹਿਰ ਹੈ ਐਸਾ ਹੈ ਸਿਲਸਿਲਾ ਅੱਛਾ ਜਲਦੀ ਖਬਰ ਸੁਣਾਵਾਂਗੀ ਸਭ ਤੋਂ ਪਹਿਲੇ ਆਣੀ ਖਬਰ ਤੁਹਾਡੇ ਕੋਲ ਅਸੀਂ ਐਵੇਂ ਲੱਭਣ ਟੁਰਨੇ ਆ ਨਹੀਂ ਲੱਭ ਵੀ ਲਵੋ ਸੋਚ ਰਹੇ ਉਹਦੇ 'ਚ ਫਿਰ ਕੋਈ ਮਸਲਾ ਨਿਕਲ ਆਇਆ ਤਾਂ ਅੱਛਾ ਲੇਕਿਨ ਕਹਿੰਦੀ 8-10 ਲੱਭ ਲਓ ਫਿਰ ਜਿਹੜਾ ਤੁਹਾਨੂੰ ਚੰਗਾ ਲੱਗੇਗਾ ਸਾਰੇ ਤੁਹਾਡੇ ਮੂੰਹ ਤੇ ਕਰਾ ਦੇਵਾਂਗੀ ਫਿਰ ਜਿਹਦਾ ਅੱਛਾ ਲੱਗੇਗਾ ਉਹਦਾ ਕਰ ਲਾਂਗੇ ਅੱਛਾ ਕੀ ਸਮਝਦੀਆਂ ਕਿ ਸ਼ਾਦੀ ਇੱਕ ਐਸਾ ਲੱਡੂ ਹੈ ਖਾਏ ਜੋ ਪਛਤਾਏ ਉਹ ਨਾ ਖਾਏ ਉਹ ਵੀ ਪਛਤਾਏ ਸ਼ਾਦੀ ਇੱਕ ਐਸੀ ਚੀਜ਼ ਕਰਨੀ ਚਾਹੀਏ ਨਹੀਂ ਸ਼ਾਦੀ ਕਰਨੀ ਚਾਹੀਦੀ ਖਾ ਕੇ ਪਛਤਾਣਾ ਚਾਹੀਏ ਨਹੀਂ ਪਛਤਾਤਾ ਕੋਈ ਨਹੀਂ ਹੈ ਨਿਭਾਣੇ ਕੀ ਬਾਤ ਹੈ ਮੇਰੀ ਜਾਨ ਆਪ ਲੋਕ ਨੇ ਵੀ ਨਿਭਾਈ ਹੈ ਬਹੁਤ ਲੋਕ ਨਿਭਾ ਰਹੇ ਹੈ ਸਾਊਦ ਜਵੇਰੀਆਂ ਨਿਭਾ ਰਹੇ ਹੈ ਸ਼ਾਦੀ ਤਾਂ ਨਿਭਾਣੇ ਦਾ ਨਾਮ ਸ਼ਾਦੀ ਤਾਂ ਮਸਟ ਹੈ ਸ਼ਾਦੀ ਜ਼ਰੂਰ ਕਰਨੀ ਚਾਹੀਏ ਔਰ ਕਰਨੀ ਵੀ ਹੈ ਔਰ ਕਰਨੀ ਵੀ ਨਿਭਾਣੀ ਵੀ ਚਾਹੀਏ ਕਦੋਂ ਅੱਜ ਡੇਟ ਦੇ ਹੋ ਸਾਡੇ ਸ਼ੋਅ 'ਚ ਬੈ ਕੇ ਅੱਜ ਡੇਟ ਫੋਰਨ ਪਬਲਿਕ ਨੂੰ ਦੱਸ ਦਿਓ ਅੱਛਾ ਜੀ ਈਦ ਆ ਰਹੀ ਹੈ ਈਦ ਆ ਰਹੀ ਹੈ ਜੀ ਅੱਛਾ ਈਦ ਤੋਂ ਬਾਅਦ ਮੁਹਰਮ ਆ ਰਹੇ ਨੇ ਮੁਹਰਮ ਬਾਅਦ ਫਿਰ ਮੈਂ ਸੋਚਾਂਗੀ ਮੁਹਰਮ ਕੇ ਬਾਅਦ ਕੀ ਡੇਟ ਰੱਖਤੇ ਹਾਂ ਮੁਹਰਮ ਬਾਅਦ ਜੀ ਦੱਸ ਔਰ ਮੁਹਰਮ ਜਿਹੜੇ ਨੇ 40 ਦਿਨ ਦੇ ਹੁੰਦੇ ਨੇ ਸਾਡੇ ਚਾਚਾ 40ਵਾਂ ਕਰਨ ਤੋਂ ਬਾਅਦ ਜੀ ਸ਼ਾਦੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਇਸੇ ਸਾਲ ਤੁਸੀਂ ਖੁਸ਼ਖਬਰੀ ਸੁਣੋਗੇ ਮੇਰੇ ਵੈਸੇ ਪਾਮੇਸ ਨੇ ਮੈਨੂੰ ਦੱਸਿਆ 2011 ਚ ਮੇਰਾ ਹੋ ਜਾਏਗਾ ਤੇ ਬਸ 11 ਹੋ ਗਏ ਨਾ ਹਾਂ 2011 ਚ ਇਨਸ਼ਾਅੱਲਾ ਮੁਹਰਮ ਤੋਂ ਬਾਅਦ ਇਨਸ਼ਾਅੱਲਾ 2011 ਚ 11 ਚ ਸ਼ਾਦੀ ਸਾਰੇ ਇਨਵਾਈਟਡ ਹੋਣੇ ਤੇ ਸਭ ਇਨਵਾਈਟਡ ਸ਼ਾਦੀ ਇੱਕੋ ਵਾਰੀ ਹੁੰਦੀ ਹੈ ਤੇ ਸਭ ਨੂੰ ਇਨਵਾਈਟ ਕਿਉਂ ਨਹੀਂ ਹੋਣ ਮੇਰੇ ਤੇ ਬਹੁਤ ਪਿਆਰੇ ਲੋਕ ਨੇ ਸਾਰੇ ਔਰ ਮੈਨੂੰ ਪਤਾ ਹੈ ਬਹੁਤ ਦੁਆਵਾਂ ਦੇਣ ਵਾਲੇ ਔਰ ਤੁਸੀਂ ਉਹਦੀ ਸ਼ਾਦੀ ਤੇ ਕਰਾਚੀ ਤੱਕ ਗਏ ਹੋ ਤੇ ਸਾਰੇ ਨਹੀਂ ਆਣਗੇ ਕਿਉਂ ਨਹੀਂ ਮੈਂ ਤੇ ਗਈ ਹਾਂ ਉਹਦੀ ਸ਼ਾਦੀ ਤੇ ਕਿੰਨਾ ਸੀ ਇੰਜੋਏ ਕੀਤਾ ਉਹ ਟਾਈਮ ਸਪੂਨ ਸ਼ਾਦੀ ਤੇ ਤੇਰੀ ਸ਼ਾਦੀ ਤੇ ਉਹ ਅਰਬਾਸ ਦੀ ਸ਼ਾਦੀ ਤੇ ਇਹ ਸਾਰੀਆਂ ਸ਼ਾਦੀਆਂ ਹੋਣੇ ਤੇ ਅਸੀਂ ਬਹੁਤ ਇੰਜੋਏ ਕੀਤੀ ਹੈ ਹਮ ਵੀ ਇੰਜੋਏ ਕਰਨਾ ਚਾਹਤੇ ਹਾਂ ਔਰ ਅਸੀਂ ਵੀ ਇੰਜੋਏ ਕਰਨਾ ਚਾਹਤੇ ਹਾਂ ਤੁਸੀਂ ਰੱਜ ਕੇ ਇੰਜੋਏ ਕਰਨਾ ਮੈਂ ਤੁਹਾਡੀ ਖਾਤਰ 10 ਦਿਨ ਦਾ ਪ੍ਰੋਗਰਾਮ ਬਣਾ ਰਿਹਾ ਹਾਂ ਤੁਹਾਨੂੰ ਤੇ ਰੀਮਾ ਨੂੰ ਅੱਲਾ ਦਾ ਵਾਸਤਾ ਹੁਣ ਕਰ ਲਓ ਹੁਣ ਅਸੀਂ ਵੀ ਕੋਈ ਇੰਜੋਏ ਕਰੀਏ ਅਸੀਂ ਵੀ ਕਿਸੇ ਦੀ ਸ਼ਾਦੀ ਤੇ ਜਾਈਏ ਰੀਮਾ ਦਾ ਅੱਲਾ ਕਰੇ ਉਹਦਾ ਹੋਏ ਪਰ ਮੈਂ ਵੀ ਕਿਹਾ ਸੀ ਇਸ ਫਿਲਮ ਤੋਂ ਬਾਅਦ ਮੈਂ ਸ਼ਾਦੀ ਨਹੀਂ ਨਹੀਂ ਅੱਲਾ ਕਰੇ ਇਨਸ਼ਾਅੱਲਾ ਤਾਲਾ ਪਰਵਰਦੀਗਰ ਦਾ ਕਰ ਬਸੇ ਔਰ ਅਸੀਂ ਉਹਦੇ ਖੁਸ਼ ਸ਼ਰੀਕ ਹੋਈਏ ਕਿਉਂ ਨਹੀਂ ਅੱਛਾ ਚਲੇ ਆਪਕੇ ਕੁਝ ਕਲਿਪਸ ਕੋਈ ਪੈਕੇਜ ਨਿਕਾਲ ਕੇ ਰੱਖਾ ਦੇਖਤੇ ਹੈ ਦੇਖਤੇ ਹੈ ਜੀ ਕੰਮ ਫਿਰ ਦਿਖਤਾ ਹੈ ਦਿਖਤਾ ਹੈ ਹੈ ਜੀ ਕੰਮ ਨਜ਼ਰ ਆਂਦਾ ਹੈ ਫਿਰ ਜਨ ਕੀ ਬਸ ਜੀ ਦੁਆਵਾਂ ਨੇ ਸਭ ਦੀਆਂ ਮੁਹੱਬਤ ਤੇ ਪਿਆਰ ਹੈ ਸਭ ਦਾ ਇਸ ਵਾਸਤੇ ਅੱਛਾ ਜਾਂਦੇ ਜਾਂਦੇ ਟਾਈਮ ਸਾਡੇ ਕੋਲ 2-3 ਮਿੰਟ ਹੀ ਨੇ ਔਰ ਵੇਲਾ ਮੁੱਕ ਚੁੱਕਾ ਹੈ ਮੈਂ ਪੁੱਛਣਾ ਚਾਹ ਰਹੀ ਸੀ ਜਨਮ ਜਨਮ ਕੀ ਮੈਲੀ ਚਾਦਰ ਆਪਨੇ ਕੀਆ ਇੱਕ ਬਹੁਤ ਅੱਛਾ ਪਲੇ ਥਾ ਬੜਾ ਡੀਸੈਂਟ ਪਲੇ ਥਾ ਬਹੁਤ ਅੱਛਾ ਤੋ ਉਸ ਵਕਤ ਕੇ ਪਲੇ ਮੇ ਔਰ ਅੱਜ ਕੇ ਪਲੇਜ਼ ਮੇ ਆਪ ਕੀ ਫਰਕ ਮਹਿਸੂਸ ਕਰ ਸਾਹਿਬਾ ਸ਼ਾਇਦ ਆਪਕੀ ਨਜ਼ਰ ਸੇ ਨਹੀਂ ਗੁਜ਼ਰਾ ਸ਼ਾਇਦ ਮੇਰੇ ਵੋ ਜੋ ਕਮੈਂਟਸ ਹੋਤੇ ਹੈ ਥੀਏਟਰ ਕੇ ਬਾਰੇ ਮੇ ਵੋ ਥੀਏਟਰ ਥੀਏਟਰ ਥਾ ਉਸਕੋ ਤੋ 9-9-10-10 ਰਾਈਟਰ ਬੈਠ ਕੇ ਲਿਖਤੇ ਥੇ ਫਿਰ ਮੈਂ ਉਸਕੋ ਪੜ੍ਹਨੇ ਕੇ ਲਈ ਮਿਸ ਸਾਇਗੋਨ ਗਈ ਥੀ ਲੰਡਨ ਫਿਰ ਮੈਂ ਡਰਾਮਾ ਕੀਆ ਥਾ ਵੋ ਤੋ 2 ਸਾਲ ਕੀ ਪ੍ਰੋਡਕਸ਼ਨ ਹੈ ਉੱਥੇ ਚੱਲ ਰਿਹਾ ਸੀ ਮਿਸ ਸਾਇਗੋਨ ਨਹੀਂ ਮਿਸ ਸਾਇਗੋਨ ਇੱਕ ਡਰਾਮਾ ਚੱਲ ਰਿਹਾ ਸੀ ਕਿਉਂਕਿ ਮੈਂ ਥੀਏਟਰ ਨਹੀਂ ਸੀ ਕੀਤਾ ਹੋਇਆ ਮੇਰੇ ਲਈ ਚੈਲੰਜ ਸੀ ਹਰ ਚੀਜ਼ ਨੂੰ ਸਿੱਖਣਾ ਚਾਹੀਦਾ ਨਾ ਔਰ ਸਿੱਖਣ ਦੀ ਖਾਤਰ ਮੈਂ ਲੰਡਨ ਚਲੀ ਗਈ ਮੈਂ ਕਹਿੰਦੀ ਮੈਂ ਦੇਖਾਂ ਸੈੱਟ ਚੇਂਜ ਹੁੰਦੇ ਨੇ ਫਸਟ ਟਾਈਮ ਮੈਂ 8 ਸੈੱਟਾਂ ਦੇ ਕੰਮ ਕਰਨਾ ਹੈ ਔਰ 8 ਸੈੱਟ ਰਿਵੋਲਵਿੰਗ ਹੋ ਕੇ ਚੇਂਜ ਹੋਣੇ ਇੰਜਨ ਵੀ ਆਣਾ ਹੈ ਜਹਾਜ਼ ਵੀ ਆਣਾ ਹੈ ਇੱਕ ਡਰਾਮਾ ਸੀ ਜਿਹੜਾ ਅਫਜ਼ਾਲ ਸਾਹਿਬ ਇਹ ਵਹੀ ਹੈ ਅੱਲਾ ਉਹਨਾਂ ਨੂੰ ਜ਼ਿੰਦਗੀ ਦੇ ਇਹ ਵਹੀ ਹੈ ਇੰਡੀਆ ਜਾ ਕੇ ਦੇਖਿਆ ਸੀ ਦੇਖ ਕੇ ਆਪਣੇ ਕਰੈਕਟਰ ਉਹ ਉਸ ਤੋਂ ਬਾਅਦ ਨਾ ਸੀ ਹਾਂ ਉਹਦਾ ਕੀ ਨਾਮ ਮੈਨੂੰ ਯਾਦ ਨਹੀਂ ਸਰਦਾਰ ਕਮਾਲ ਵਗੈਰਾ ਨੂੰ ਨਾਲ ਲੈ ਕੇ ਗਏ ਸਨ ਉੱਥੇ ਉਹਨਾਂ ਨੂੰ ਠਹਿਰਾਇਆ ਉੱਥੇ ਉਹਨਾਂ ਨੂੰ ਡਰਾਮਾ ਬਕਾਇਦਾ ਦਿਖਾਇਆ ਇਹ ਰੋਲ ਤੂੰ ਕਰਨਾ ਹੈ ਇਹ ਤੂੰ ਕਰਨਾ ਹੈ ਇਹ ਤੂੰ ਇਸ ਤਰ੍ਹਾਂ ਕੰਮ ਹੁੰਦਾ ਸੀ ਥਾ ਰਾਤੇ ਜਾਗਦੀ ਹੈ ਸ਼ਾਇਦ ਨਹੀਂ ਰਾਤੇ ਜਾਗਦੀ ਹੈ ਨਹੀਂ ਉਹ ਔਰ ਥਾ ਪਲੇ ਕੋਈ ਹੋਰ ਸੀ ਉਹ 3 ਕੈਰੈਕਟਰਸ ਕੇ ਉੱਪਰ ਪਲੇ ਥਾ ਔਰ ਬੜਾ
बहुत ज्यादा अच्छे राइटर साडे बशीर नियाज साहब और परवेज ख्वाजा परवेज साहब सन परवेज कलीम थे और उसमें जिन्होंने लिखी थी तहजीब फिल्म वो राइटर थे हमारे की डेथ हो गई। अच्छा फिर अल्लाह उन्होंने फिर वो है कि उन्हें आइडिया दिता कि तुसी ड्रामा मैं क्या मैं तो कर ही नहीं सकती ड्रामा जाहिर है और कह जी फिल्म की एक्ट्रेस है जिमें फिल्म हुंदा है टीवी की आर्टिस्ट किमें काम करेगी इस तरह जी टीवी की फिल्म की आर्टिस्ट किमें थिएटर से काम करेगी लो जी स्टडी करन चल लगी मैं उथे बस देखिया सारा ड्रामा शे वो रेसलां होईयां डेढ़ साल दी रेसलां ही लगातार होंदियां रहीयां दो साल लगातार रेसलां तो बाद ड्रामा ऑन एयर होया फिर ट्रैफिकां ब्लॉक होईयां इन्ना अच्छा ड्रामा खूबसूरत ने जिक्र कर रहे उसी वक्त और ओदे च उस साइबर ड्रामे च सबा परवेज देखो किन्ने किन्ने वड्डे नाम ने मुनव्वर सईद साहब और ओदे च फिरदौस जमाल साहब और ओदे च अजब गुल ओदे च खुद जेडे कवि साहब ने भी कीता ओदे च अफजल साहब ने खुद भी कीता फिर शुजात हाशमी साहब फिर दीपा बेगम चकोरी बेगम डेथ हो गई उन्होंने बहुत अफसोस ਉਹਨਾਂ ਦੀ ਡੈਥ 'ਤੇ ਫਿਰ ਦੀਪਾ ਬੇਗਮ ਸਨ ਉਹਦੇ 'ਚ ਇੰਨੇ ਵੱਡੇ ਲੋਕਾਂ ਨੇ ਕੰਮ ਕੀਤਾ ਔਰ ਮੈਨੂੰ ਅੱਲਾ ਜ਼ਿੰਦਗੀ ਦੇਵੇ ਉਹਨਾਂ ਨੂੰ ਮੈਂ ਇੱਕ ਦਿਨ ਕਹਿ ਰਹੇ ਸਨ ਕਿ ਯਾਰ ਇੱਕ ਡਰਾਮਾ ਹੁਣ ਮੈਂ ਅੱਗੇ ਕਰਨਾ ਉਹਦੇ 'ਚ ਤੂੰ ਕਰਨਾ ਬੜਾ ਔਰ ਉਹਦੇ ਉਹਨਾਂ ਨੇ ਮੈਨੂੰ ਉਹਦੇ 'ਚ ਉਹਨਾਂ ਨੇ ਐਂਟਰੀ ਮੈਨੂੰ ਸੁਣਾਈ ਸੀ ਸਿਰਫ ਉਹ ਕਹਿੰਦੇ ਨੇ ਕਿ ਤੂੰ ਇੱਧਰੋਂ ਵਿੰਗ 'ਚੋਂ ਇਨ ਹੋਏਗਾ ਸਟੇਜ 'ਤੇ ਅਤੇ ਇੱਕ ਬੰਦਾ ਉੱਧਰੋਂ ਪਲੇਟਾਂ ਸੁੱਟੇਗਾ ਸਟੀਲ ਦੀਆਂ ਔਰ ਜਿਸ ਵੇਲੇ ਤੂੰ ਕਦਮ ਚੁੱਕ ਕੇ ਆਪਣਾ ਕਦਮ ਇੱਥੇ ਰੱਖੇਗਾ ਨਾ ਤੇਰੇ ਪੈਰ ਦੇ ਥੱਲੇ ਉਹ ਪਲੇਟ ਆਟੋਮੈਟਿਕ ਆਪ ਆ ਜਾਏਗੀ ਟਾਈਮਿੰਗ ਹੈ ਨਾ ਹਾਂ ਉਹ ਪਲੇਟ ਜਾ ਰਹੀ ਹੋਏਗੀ ਤੇਰਾ ਪੈਰ ਆਏਗਾ ਉਹ ਰੁਕੇਗੀ ਸੱਤ ਪਲੇਟਾਂ ਦੇ ਉੱਤੇ ਤੇਰੀ ਐਂਟਰੀ ਹੋਣੀ ਹੈ ਤੇ ਮੈਂ ਇੰਜ ਉਹਨਾਂ ਦੀ ਸ਼ਕਲ ਦੇਖ ਰਿਹਾ ਸੀ ਬਹੁਤ ਜੀਨੀਅਸ ਬੰਦੀ ਸੀ ਬਹੁਤ ਜੀਨੀਅਸ ਕਹਿੰਦੇ ਹੋਏਗਾ ਬਸ ਫਿਰ ਉਹ ਅੱਗੇ ਹਲਾ ਕਿਸਮਤ ਔਰ ਜਿਹੜਾ दिन मुकर्रर है जान दो अच्छा आपसे हमने एक सवाल पूछा भी नहीं और हमें जवाब मिल गया क्योंकि आपने ऐसा थिएटर किया इसीलिए आजकल का थिएटर आपकी नाक पर नहीं बैठता नहीं आज का थिएटर तो 5 करोड़ रुपए यहाँ रखा और उसको आग लगाई कि जी आज का थिएटर हम नहीं कर सकते मैंने तो पाँच जब मजाजन मैंने साइन जो मैं मजाजन साइन की थी बेसिकली उदो मैं छड़ दिता सी थिएटर अच्छा 5-6 साल हो गए ने एटलीस्ट 5 साल तो मेरी फिल्म भी चलती रही है तो सारे फिल्म बनती भी रही है 2 साल हाँ 6 साल तकरीबन हो गए ने हूँ थिएटर हो गया छड़े हुए और जाते हुए मैं यही कहूँगी लाइफ बड़ी मुख्तसर है जी और वक्त बड़ा मुश्किल जा रहा है साढ़ा इस वक्त सू टॉलरेंस की जरूरत है सू हर तरह के एक दूसरे न मुहब्बत प्यार जताने का वक्त है ਕਿਉਂਕਿ ਮੁਸ਼ਕਿਲ ਕੜੀ ਹੈ ਸਾਡੇ ਮੁਲਕ 'ਤੇ ਵੀ ਸਾਡੇ 'ਤੇ ਵੀ ਸਾਡੇ ਆਰਟਿਸਟ 'ਤੇ ਵੀ ਸਾਰੇ ਲੋਕ ਸਾਨੂੰ ਸਮਝਦੇ ਨੇ ਅਸੀਂ ਬੜੇ ਈਜ਼ੀ ਜਿਹੇ ਲੋਕ ਹਾਂ ਸਾਡੇ 'ਤੇ ਕੋਈ ਮੁਸ਼ਕਿਲ ਨਹੀਂ ਸਾਡੇ 'ਤੇ ਕੋਈ ਮਸਲੇ ਨਹੀਂ ਮਗਰ ਅਸੀਂ ਸਾਰੇ ਆਪਣੇ ਗਮ ਤਕਲੀਫਾਂ ਲੁਕਾ ਕੇ ਅਸੀਂ ਤੁਹਾਡੇ ਸਾਹਮਣੇ ਹੱਸਦੇ ਰਹਿੰਦੇ ਹਾਂ ਮਗਰ ਸਾਡੀਆਂ ਵੀ ਤਕਲੀਫਾਂ ਨੇ ਔਫਕੋਰਸ ਤੁਹਾਡੇ ਵਾਂਗਰ ਹੀ ਜਿਵੇਂ ਤੁਸੀਂ ਦੁਖੀ ਹੋ ਉਸ ਤਰ੍ਹਾਂ ਹੀ ਅਸੀਂ ਦੁਖੀ ਹਾਂ ਜਿਸ ਤਰ੍ਹਾਂ ਤੁਸੀਂ ਪਰੇਸ਼ਾਨ ਹੋ ਉਸ ਤਰ੍ਹਾਂ ਅਸੀਂ ਵੀ ਪਰੇਸ਼ਾਨ ਹਾਂ ਜ਼ਾਹਿਰ ਹੈ ਮੁਲਕ ਦੀ ਮੈਸ਼ੀਅਤ ਉਹਦਾ ਅਮਨ ਹਰ ਚੀਜ਼ ਸਾਡੀ ਤਬਾਹ ਹੋ ਕੇ ਰਹਿ ਗਈ ਹੈ ਔਰ ਤਬਾਹੀ ਵੱਲ ਜਾ ਰਹੀ ਹੈ ਮਜ਼ੀਦ ਔਰ ਜਿਹੜੀ ਮਹਿੰਗਾਈ ਆ ਰਹੀ ਹੈ ਉਹ ਗਰੀਬ ਲੋਕ ਕੀ ਕਰਨਗੇ ਔਰ ਉਹ ਲੋਕ ਜਿਹੜੇ ਵਿਚਾਰੇ ਅਮੀਰ ਜਾ ਪਏ ਨੇ ਤੇ ਗਰੀਬ ਦਾ ਕੀ ਹੋਏਗਾ ਮੈਂ ਕਹਿੰਦੀ ਹਾਂ ਜਿਹੜਾ ਅਮੀਰ ਸੀ ਮੈਂ ਤਾਂ ਹੁਣ ਕਹਿੰਦੀ ਹਾਂ ਮਹਿੰਗਾਈ ਆਈ ਉਹਦੇ ਲਈ ਕਿਉਂਕਿ 60,000 ਦਾ ਬਿੱਲ ਤਾਂ ਇੱਕ ਅਮੀਰ ਨੇ ਜਮ੍ਹਾਂ ਕਰਾਉਣਾ ਨਾ ਉਹ ਕਿਸੇ ਗਰੀਬ ਨੇ ਨਹੀਂ ਜਮ੍ਹਾਂ ਕਰਾਉਣਾ ਅਤੇ ਲਿਹਾਜ਼ਾ ਸਾਡੀ ਵੀ ਲਾਈਫ ਬਿਲਕੁਲ ਤੁਹਾਡੇ ਵਰਗੀ ਹੈ ਤੁਹਾਡੇ ਦੁੱਖਾਂ 'ਚ ਅਸੀਂ ਵੀ ਨਾਲ ਸ਼ਰੀਕ ਹਾਂ ਤੁਸੀਂ ਸਾਡੇ ਦੁੱਖਾਂ 'ਚ ਪਲੀਜ਼ ਸ਼ਰੀਕ ਹੋਵੋ ਔਰ ਲਾਈਫ ਇਜ਼ ਟੂ ਸ਼ਾਰਟ ਲਾਈਫ ਬੜੀ ਛੋਟੀ ਜਿਹੀ ਅਸੀਂ ਇਹ ਖੇਡੀ ਇੰਜੋਏ ਕਰੀਏ ਔਰ ਇਹੀ ਲਾਈਫ ਹੈ ਔਰ ਅਸੀਂ ਜਿਹੜੇ ਹੱਸਦੇ ਖੇਡਦੇ ਰਹਿੰਦੇ ਹਾਂ ਤੁਹਾਡੇ ਵਾਸਤੇ ਕਰਦੇ ਹਾਂ ਕਿ ਤੁਸੀਂ ਖੁਸ਼ ਰਹੋ ਸਾਹਿਬਾ ਰਹਿਮੋ ਤੁਹਾਡਾ ਬਹੁਤ ਸ਼ੁਕਰੀਆ ਔਰ ਸੌਰੀ ਹੈ ਵਿੱਚ ਰਹਿ ਗਿਆ ਹਾਂ ਹਾਂ ਮੈਂ ਕਹਿਣਾ ਚਾਹ ਰਹੀ ਹਾਂ ਰਹਿਮੋ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਲੇਟ ਆਇਆ ਪਰ ਦਰੁਸਤ ਆਈ ਹਾਂ ਮੈਂ ਮੇਰੇ ਖਿਆਲ ਸਹੀ ਟਾਈਮ 'ਤੇ ਮੇਰੀ ਐਂਟਰੀ ਹੋਈ ਔਰ ਮੇਰੇ ਜਾਣ ਜਿਹੜਾ ਟਾਈਮ ਮੈਂ ਨਹੀਂ ਆਈ ਮੈਂ ਉਹਨੂੰ ਮਿਸ ਕਰ ਰਹੀ ਹਾਂ ਕਿ ਮੈਨੂੰ ਪਹਿਲੇ ਆ ਜਾਣਾ ਚਾਹੀਦਾ ਸੀ ਔਰ ਕਿਸਮਤ ਜਦੋਂ ਮਨਜ਼ੂਰ ਹੋਵੇ ਸ਼ਾਇਦ ਉਦੋਂ ਹੀ ਸਭ ਕੁਝ ਹੁੰਦਾ ਹੈ ਵਿਸ਼ ਯੂ ਆਲ ਦਾ ਬੈਸਟ ਆਪਣੇ ਹੈ ਹਮਾਰੀ ਫੈਮਿਲੀ ਕੀ ਤਰ੍ਹਾਂ ਹੈ ਆਪਕੋ ਆ ਮੇਰੀ ਫੈਮਿਲੀ ਹੋ ਔਰ ਆਈ ਐਮ ਪ੍ਰਾਊਡ ਆਫ ਯੂ ਬਹੁਤ ਸ਼ੁਕਰੀਆ ਬਹੁਤ ਅੱਛਾ ਸ਼ੋਅ ਕਰ ਰਹੇ ਹੋ ਬੜੀ ਮਿਹਰਬਾਨੀ ਔਰ ਜਨਾਬ ਅਸੀਂ ਜੋ ਅਸੀਂ ਇੱਥੇ ਝੂਠਾ ਮੁੱਠਾ ਲੜਦੇ ਰਹੇ ਹਾਂ ਔਰ ਜੋ ਅਸੀਂ ਇੱਕ ਦੂਸਰੇ ਨਾਲ ਨਾਰਾਜ਼ ਹੁੰਦੇ ਰਹੇ ਉਹ ਸਭ ਤੁਹਾਨੂੰ ਖੁਸ਼ ਕਰਨ ਵਾਸਤੇ ਸੀ ਹੁਣ ਅਸੀਂ ਬੜੇ ਅੱਛੇ ਦੋਸਤ ਹਾਂ ਬੜੇ ਅੱਛੇ ਬਹੁਤ ਪਿਆਰੇ ਦੋਸਤ ਫੈਮਿਲੀ ਮੈਂਬਰ ਮੈਂ ਤੁਹਾਨੂੰ ਇਹੀ ਕਹਾਂਗਾ ਜੀ ਹੱਸਦੇ ਵਸਦੇ ਰਹੋ ਆਮੀਨ ਤੁਸੀਂ ਤੇ ਇਨਸ਼ਾਅੱਲਾ ਬੜੀ ਔਰ ਕੀ ਖਿਆਲ ਹੈ ਕਿ ਬਹਿਨੋਂ ਕੀ ਬਾਤ ਦਿਲ ਪੇ ਨਾ ਲਗਾਏਂਗੇ ਖਬਰਦਾਰ ਤੁਮਨੇ ਭੈਣਾਂ ਦੀ ਖਬਰ ਨਹੀਂ ਲਾਣੀ ਨਹੀਂ ਦਿਲ ਪੇ ਨਹੀਂ ਲਗਾਣੀ ਠੀਕ ਹੈ ਬਹੁਤ ਸ਼ੁਕਰੀਆ ਜੀ ਦਿਲ ਮੇਂ ਮਤ ਲੈ ਯਾਰ ਜੀ ਆਪ ਆਪਣੇ ਮੈਸੇਜਸ ਜ਼ਰੂਰ ਭੇਜੀਏਗਾ ਔਰ ਬਤਾਈਏਗਾ ਕਿ ਮਦੀਆ ਸ਼ਾਹ ਦਾ ਪ੍ਰੋਗਰਾਮ ਆਪਕੋ ਹਮਾਰਾ ਕੈਸਾ ਲਗਾ ਹਾਂਜੀ ਖਤ ਲਿਖਣਾ ਚਾਹੋ ਤੇ ਪਤਾ ਸਾਡਾ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਖਤ ਵੀ ਲਿਖ ਸਕਦੇ ਹੋ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਬੜੇ ਆਰਾਮ ਨਾਲ ਕਿਉਂਕਿ ਖਤ ਨਾਲ
ਇਹ ਵੇ ਕਿ ਬੰਦਾ ਆਰਾਮ ਨਾਲ ਸਕੂਨ ਨਾਲ ਬਹਿ ਕੇ ਮੈਸੇਜ ਜਿਹੜਾ 5-7 ਲਾਈਨਾਂ ਦਾ ਹੁੰਦਾ ਉਸ ਤੋਂ ਜ਼ਿਆਦਾ ਕਰ ਨਹੀਂ ਸਕਦੇ ਅਤੇ ਸਕੂਲ ਆਪਣਾ ਸਕੂਨ ਨਾਲ ਨਹੀਂ ਸਕੂਨ ਨਾਲ ਖਤ ਲਿਖੋ ਔਰ ਅਸੀਂ ਇਨਸ਼ਾਅੱਲਾ ਜ਼ਰੂਰ ਸ਼ਾਮਿਲ ਕਰਾਂਗੇ ਸਾਨੂੰ ਅੱਛੇ ਬੁਰੇ ਮਸ਼ਵਰੇ ਦਿੰਦੇ ਰਿਹਾ ਕਰੋ ਕਿ ਅਸੀਂ ਅੱਛਾ ਕਰ ਰਹੇ ਹਾਂ ਬੁਰਾ ਕਰ ਰਹੇ ਹਾਂ ਬਹੁਤ ਅੱਛਾ ਕਰ ਰਹੇ ਹੋ ਮੈਂ ਕਹਿ ਰਹੀ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਅੱਛਾ ਕਰ ਰਹੇ ਔਰ ਹਮਾਰੇ ਸਾਥ ਸ਼ੇਅਰ ਕਰੇ ਆਪਣੀ ਬਾਤੇਂ ਦਿਲ ਕੀ ਬਾਤੇਂ ਰਿਮੈਂਬਰ ਅਸ ਇਨ ਯੋਰ ਪ੍ਰੇਅਰਸ ਟਿਲ ਦੈਨ ਟੇਕ ਕੇਅਰ ਅੱਲਾਹ ਹਾਫਿਜ਼ ਭਾਜੀ ਹੱਸਦੇ ਵਸਦੇ ਰਹੋ ਅਤੇ ਆਪਣੇ ਛੋਟੇ ਵੱਡਿਆਂ ਦਾ ਸਭ ਦਾ ਖਿਆਲ ਰੱਖੋ ਪਿਆਰ ਵੰਡੋ ਬੜੀ ਸਭ ਪਿਆਰ ਦੀ ਲੋੜ ਹੈ ਕਰ ਬਸ਼ਰਤੇ ਜ਼ਿੰਦਗੀ ਇਨਸ਼ਾਅੱਲਾ ਇੱਕ ਨਵੇਂ ਪ੍ਰਾਹੁਣੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਰੱਬ ਰੱਖ ਰੱਬ ਰੱਖ ਹਾਂਜੀ